श्री वाहिगुरु साहिब जीओ कृपा करहो दीन के दाते। मेरा गुण अवगुण ना विचारो कोई, माटी का क्या धोपै स्वामी, मानस की गत एही, भाग ठड़े हर संत तुम्हारी, जिन कर धन हर नामा, परवान गणी सेई एह आए, सफल तिना के कामा। मेरे राम हर जन कह हो बल जाई, केसा का कर चवर टोलावा, चरण धूड़ मुख लाई, बेसुमार अथाह अगणत अतुल, जो बुलाव हो त्यों नानक दास बोले। बाणी गुरु गुरु है बाणी, विच बाणी अमृत सारे, गुरबाणी कह सेवक जन मान, परतख गुरु निस्तारे। सतनाम वाहिगुरु साहिब जीओ, नमस्तस्त देवै, नमस्तं अपेवै, नमस्तं अजन्मे, नमस्तं सो बानमे, नमस्तस्त देवै। पतत पावन भगत वत्सल, कृपा निदान दसा पातशाहियां दी जोत, चवर शतर दे तख्त दे मालक साहिब श्री गुरु ग्रंथ साहिब जी महाराज, सतगुरां दी पावन पवित्र हजूरी अंदर जुड़ बैठी गुरु रूप खालसा साध संगत जीओ, सरबत संगत सिनेमर फतेह प्रवान करो जी। वाहिगुरु जी का खालसा, वाहिगुरु जी की फतेह। आप संगत बड़े प्रेम दे नाल धन धन बाबा जवाहरदास जी महाराज सूसा वाले, तिना दी सेवा जो दमदमी टकसाल दे मुखी श्री मान संत ज्ञानी हरनाम सिंह जी खालसा पिंडरांवाले निभा रहे हैं, ऐसे महान पवित्र स्थान ब्रह्म ज्ञानी महात्मा संतां साधुआं दा पवित्र स्थान, जिथे सतगुरु जी दी बरकत प्रतख देखण नूं मिलदी है, जिन्नी भी कोई भावना लैके इत्थे आउंदा है, अरदास बेनती करता है, उहदी भावना धन गुरु ग्रंथ साहिब महाराज महापुरश पूरी करदे हन। ऐसे महान पवित्र स्थान दे चरण धूड़ परसन दा सुभाग प्राप्त हो रहा है, दर्शना दा सुभाग प्राप्त हो रहा है। महापुरखां दे हुकम अनुसार श्री जाप साहिब जी दी पवित्र कथा चल रही है। सतगुरु जी ने कृपा करके, आप संगतां ने कृपा करके 20 पौड़ियां तक कथा संपूर्ण करवाई है। भुजंग प्रयात छंत
ਤੱਕ ਵੀ ਪੌੜੀਆਂ ਹੋ ਚੁੱਕੀਆਂ ਹਨ। 21ਵੀਂ ਪੌੜੀ ਦੇ ਵਿੱਚ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਦੇ ਹੋਏ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਆਓ ਬੜੇ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਸੁਣਨ ਦਾ ਯਤਨ ਕਰੋ ਜੀ। ਸਤਿਗੁਰੂ ਜੀ ਫਰਮਾ ਰਹੇ ਹਨ, ਵਾਹਿਗੁਰੂ ਜੀ ਨਮਸਤਸਤ ਦੇਵੈ। ਨਮਸਤਸਤ ਪਿੱਛੇ ਸ਼ਬਦ ਆਏ ਨੇ ਨਮੋ ਜਾਂ ਨਮਸਤੰ, ਹੁਣ ਇੱਥੇ ਸ਼ਬਦ ਆਇਆ ਹੈ ਨਮਸਤਸਤ। ਤਿੰਨ ਸ਼ਬਦ ਬਣਦੇ ਨੇ ਸੰਧੀ ਵਿਛੇਦ ਕਰਕੇ, ਨਮਸ ਤਾ ਅਤੇ ਅਸਤ। ਨਮਸ ਦਾ ਭਾਵ ਹੈ ਨਮਸਕਾਰ, ਤਾ ਦਾ ਭਾਵ ਮਹਾਂਪੁਰਸ਼ ਲੈਂਦੇ ਨੇ ਤੈਨੂੰ ਜਾਂ ਆਪ ਜੀ ਨੂੰ, ਵਾਹਿਗੁਰੂ ਜੀ ਨੂੰ। ਅਸਤ ਮੈਨੇ ਹੋਵੇ ਅਸਤੂ, ਤਾਂ ਵਾਹਿਗੁਰੂ ਨੂੰ ਅਸੀਂ ਨਮਸ ਨਮਸਕਾਰ ਅਸਤ ਕਰਦੇ ਹਾਂ, ਕਿਉਂਕਿ ਉਹ ਸਭ ਨੂੰ ਦੇਵੈ, ਦਾਤਾਂ ਦੇਣ ਵਾਲਾ ਹੈ, ਸਾਰਿਆਂ 'ਤੇ ਕਿਰਪਾ ਕਰਨ ਵਾਲਾ ਹੈ। ਆਪਾਂ ਪੜ੍ਹਦੇ ਵੀ ਹਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਵੀ ਇਹ ਫਰਮਾਉਣ ਆਉਂਦਾ ਹੈ, ਸਭ ਜਗ ਤੇਰਾ, ਤੂੰ ਇੱਕੋ ਦਾਤਾ, ਦੱਤਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਇੱਛਾ ਪੂਰਕ ਸਰਬ ਸੁਖਦਾਤਾ ਹਾਰ। ਦਸਵੇਂ ਪਾਤਸ਼ਾਹ ਵੀ ਫਰਮਾਉਂਦੇ ਨੇ, ਦੂਦ ਪੂਤ ਕੇ ਦਵਈਆ, ਰੋਗ ਸੋਗ ਕੇ ਮਿਟਈਆ, ਕਦੋਂ ਮਾਨੀ ਮਹਾਮਾਨ ਹੋ। ਤਾਂ ਸਭ ਨੂੰ ਦੇਣ ਵਾਲਾ ਹੈ ਦਾਤਾ, ਤਾਂ ਨਮਸ ਨਮਸਕਾਰ ਅਸਤ ਹੈ ਵਾਹਿਗੁਰੂ ਨੂੰ, ਦੋਵੇਂ ਹੱਥ ਜੋੜ ਕੇ। ਦੇਣ ਵਾਲਾ ਤਾਂ ਸਾਰਿਆਂ ਨੂੰ ਪਰਮਾਤਮਾ ਹੀ ਹੈ, ਵਾਹਿਗੁਰੂ ਪਰਮੇਸ਼ਰ ਹੀ ਹੈ। ਪਰ ਸਿੱਖ ਪੰਥ ਦੇ ਵਿੱਚ ਇੱਕ ਬੜੀ ਵੱਡੀ ਬਰਕਤ ਦਿੱਤੀ ਹੈ, ਦਿੰਦਾ ਤਾਂ ਸਾਰਿਆਂ ਨੂੰ ਰੱਬ ਹੀ ਹੈ, ਪਰ ਉਸ ਦਿੱਤੇ 'ਚੋਂ ਅੱਗੇ ਵੰਡ ਕੇ ਖਾਣ ਦੀ ਜਿਹੜੀ ਬਰਕਤ ਹੈ, ਬਖਸ਼ਿਸ਼ ਹੈ, ਮਰਿਆਦਾ ਹੈ, ਇਹ ਵੰਡ ਕੇ ਖਾਣ ਵਾਲੀ ਮਰਿਆਦਾ ਸਿਰਫ ਸਿੱਖਾਂ ਨੂੰ ਹੀ ਦਿੱਤੀ ਹੈ, ਭਾਵੇਂ ਕਿ ਦਿੰਦਾ ਤਾਂ ਉਹ ਸਭ ਨੂੰ ਹੀ ਹੈ, ਮੁਸਲਮਾਨਾਂ ਨੂੰ ਵੀ ਦਿੰਦਾ ਹੈ, ਹਿੰਦੂਆਂ ਨੂੰ ਵੀ ਦਿੰਦਾ ਹੈ, ਇਸਾਈਆਂ ਨੂੰ ਵੀ ਦਿੰਦਾ ਹੈ। ਇਹ ਬੜੀ ਵੱਡੀ ਬਰਕਤ ਸਤਿਗੁਰੂ ਨੇ ਸਿੱਖਾਂ ਨੂੰ ਦਿੱਤੀ ਹੈ। ਅੱਜ ਕਿਸਾਨ ਸੰਘਰਸ਼ ਬੜਾ ਜ਼ੋਰ ਸ਼ੋਰ 'ਤੇ ਚੱਲ ਰਿਹਾ ਹੈ, ਉਹਦੇ ਵਿੱਚ ਸਿੱਖ ਧਰਮ ਦਾ ਬਹੁਤ ਵੱਡਾ ਸਤਿਕਾਰ ਦੁਨੀਆ ਦੇ ਸਾਹਮਣੇ ਆਇਆ ਹੈ। ਇੰਨਾ ਪ੍ਰਚਾਰ ਸਾਡੇ ਪ੍ਰਚਾਰਕ ਨਹੀਂ ਕਰ ਸਕੇ, ਜਿੰਨਾ ਪ੍ਰਚਾਰ ਸਿੱਖਾਂ ਦੀ ਕਰਨੀ, ਸਿੱਖਾਂ ਦਾ ਸੁਭਾਅ, ਸਿੱਖਾਂ ਨੂੰ ਜਿਹੜੇ ਸਤਿਗੁਰੂ ਜੀ ਨੇ ਗੁਣ ਦਿੱਤੇ ਸੀ, ਧੰਨ ਗੁਰੂ ਨਾਨਕ ਦੇਵ ਸਾਹਿਬ ਨੇ, ਨਾਮ ਜਪਣਾ, ਵੰਡ ਕੇ ਛਕਣਾ, ਕਿਰਤ ਕਰਨੀ, ਇਹਨਾਂ ਗੁਣਾਂ ਕਰਕੇ ਹੋਇਆ। ਆਪ ਜੀ ਹੈਰਾਨ ਹੋਵੋਗੇ, ਸਾਰੀ ਦੁਨੀਆ ਨੂੰ ਸਿੱਖ ਧਰਮ ਦਾ ਪ੍ਰਚਾਰ ਕਿਸਾਨ ਅੰਦੋਲਨ ਦੇ ਵਿੱਚ ਦੇਖਣ ਨੂੰ ਮਿਲਿਆ। ਇਨਸਾਨੀਅਤ, ਪਿਆਰ, ਵਿਸ਼ਵਾਸ, ਦ੍ਰਿੜਤਾ, ਹੱਕ ਆਪਦਾ ਲੈਣਾ ਹੈ, ਅਤੇ ਹੱਕ ਦੇ ਨਾਲ ਨਾਲ ਈਸ਼ਵਰ ਨੂੰ ਨਹੀਂ ਭੁੱਲਣਾ, ਪਰਮਾਤਮਾ 'ਚ ਵੀ ਯਕੀਨ ਰੱਖਣਾ ਹੈ, ਕਥਾ ਕੀਰਤਨ ਸੰਗਤ ਵੀ ਕਰਨੀ ਹੈ, ਅਤੇ ਫਿਰ ਵੰਡ ਕੇ ਛਕਣਾ ਹੈ। ਇਹਦਾ ਜਿਉਂਦਾ ਜਾਗਦਾ ਸਬੂਤ ਕਿਸਾਨ ਅੰਦੋਲਨ ਹੈ। ਤੁਸੀਂ ਹੈਰਾਨ ਹੋਵੋਗੇ ਵੀ ਅੰਦੋਲਨ ਤਾਂ ਹੋਰ ਵੀ ਬੜੇ ਹੁੰਦੇ ਆ, ਪਰ ਉਹਨਾਂ ਅੰਦੋਲਨਾਂ ਦੇ ਵਿੱਚ ਤੁਸੀਂ ਦੇਖੋਗੇ ਰੇਲਾਂ ਸੜਦੀਆਂ ਨੇ, ਬੱਸਾਂ ਸੜਦੀਆਂ ਨੇ, ਦੁਕਾਨਾਂ ਲੁੱਟੀਆਂ ਜਾਂਦੀਆਂ ਨੇ, ਪਰ ਇੱਕ ਵੱਖਰੀ ਕਿਸਮ ਦਾ ਅੰਦੋਲਨ ਹੈ ਕਿ ਨਾ ਤਾਂ ਕੋਈ ਬੱਸ ਸੜੀ ਹੈ, ਨਾ ਕੋਈ ਰੇਲ ਸੜੀ ਹੈ, ਨਾ ਕਿਸੇ ਦੀ ਦੁਕਾਨ ਲੁੱਟੀ ਹੈ, ਨਾ ਕਿਸੇ ਦਾ ਘਰ ਸਾੜਿਆ ਹੈ, ਨਾ ਕਿਸੇ ਦੀ ਧੀ ਭੈਣ ਨੂੰ ਹੱਥ ਲਾਇਆ ਕਿਸੇ ਨੇ,
ਮਾਤਾਵਾਂ ਭੈਣਾਂ ਲੰਗਰ ਬਣਾ ਰਹੀਆਂ ਨੇ, ਭਾਈ ਵਰਤਾ ਰਹੇ ਨੇ, ਵੰਡ ਕੇ ਛਕ ਰਹੇ ਨੇ। ਇਹ ਸ਼ੁਭ ਗੁਣ ਕਿਹਨੇ ਦਿੱਤੇ ਨੇ? ਇਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਨੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਦਸਾਂ ਪਾਤਸ਼ਾਹੀਆਂ ਨੇ ਦਿੱਤੇ। ਇਸ ਕਰਕੇ ਦਿੰਦਾ ਤਾਂ ਚਲੋ ਸਾਰਿਆਂ ਨੂੰ ਹੀ ਵਾਹਿਗੁਰੂ ਹੈ, ਅਤੇ ਜਦੋਂ ਦਾ ਸੰਸਾਰ ਬਣਿਆ ਦੇ ਹੀ ਰਿਹਾ ਹੈ ਅਤੇ ਅੱਗੇ ਵੀ ਦੇਣਾ ਹੈ, ਦਿੰਦਾ ਦੇ ਲੈਂਦੇ ਥੱਕ ਪਾਹੇ। ਪਰ ਜਿਹੜੀ ਵੰਡ ਕੇ ਛਕਣ ਦੀ ਰਸਮ ਹੈ, ਮਰਿਆਦਾ ਹੈ, ਇਸ ਮਰਿਆਦਾ ਨੇ ਸਿੱਖ ਪੰਥ ਨੂੰ ਬਹੁਤ ਵੱਡਾ ਮਾਣ ਦਵਾਇਆ। ਇਸ ਕਰਕੇ ਮਹਾਰਾਜ ਕਹਿੰਦੇ, ਤਾਂ ਮੇਰੀ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ ਕਿ ਸਭ ਨੂੰ ਦੇਣ ਵਾਲਾ ਹੈ। ਜਾਂ ਦੇਵੇ ਦਾ ਅਰਥ ਹੁੰਦਾ ਪੂਜਣ ਯੋਗ, ਜਿਹਦੀ ਪੂਜਾ ਕੀਤੀ ਜਾਵੇ। ਅਤੇ ਗੁਰਬਾਣੀ ਨੇ ਮੰਨਿਆ ਹੈ ਅਚੁੱਤ ਪੂਜਾ ਯੋਗ ਗੋਪਾਲ, ਪੂਜਾ ਦੇ ਯੋਗ ਵਾਹਿਗੁਰੂ ਪਰਮੇਸ਼ਰ ਹੀ ਹੈ। ਸਰਗੁਣ ਸਰੂਪ ਦੇ ਵਿੱਚ ਵਾਹਿਗੁਰੂ ਜੀ ਦੀ ਪੂਜਾ ਹੁੰਦੀ ਹੈ, ਨਿਰਗੁਣ ਸਰੂਪ ਦੇ ਵਿੱਚ ਨਾਮ ਹੀ ਜਪਣਾ ਹੀ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਹੈ। ਤਾਂ ਦੇਵ ਦਾ ਅਰਥ ਹੋਇਆ ਪੂਜਣ ਯੋਗ। ਤਾਂ ਪੂਜਣ ਯੋਗ ਕੌਣ ਹੈ? ਤਾਂ ਮਹਾਰਾਜ ਕਹਿੰਦੇ ਆ ਅਚੁੱਤ ਪੂਜਾ ਯੋਗ ਗੋਪਾਲ, ਇੱਕ ਵਾਹਿਗੁਰੂ ਪਰਮੇਸ਼ਰ ਹੀ ਪੂਜਾ ਦੇ ਯੋਗ ਹੈ। ਜਾਂ ਮਹਾਂਪੁਰਸ਼ ਅਰਥ ਕਰਦੇ ਨੇ ਨਮਸਤਸਤ ਦੇਵੈ, ਦੇਵੈ ਦਾ ਅਰਥ ਹੁੰਦਾ ਪ੍ਰਕਾਸ਼ ਰੂਪ, ਪ੍ਰਕਾਸ਼ ਦਾ ਸੋਮਾ, ਪ੍ਰਕਾਸ਼ ਸਰੂਪ। ਜਿਹੜਾ ਵਾਹਿਗੁਰੂ ਪ੍ਰਕਾਸ਼ ਸਰੂਪ ਹੈ, ਐਸੇ ਵਾਹਿਗੁਰੂ ਪਰਮੇਸ਼ਰ ਨੂੰ ਮਹਾਰਾਜ ਜੀ ਕਹਿੰਦੇ ਮੈਨੂੰ ਮੇਰੀ ਨਮਸਕਾਰ ਤਾਂ ਹੈ ਕਿ ਉਹ ਪ੍ਰਕਾਸ਼ ਰੂਪ ਹੈ, ਨਵਸਤਸ ਦੇਵ ਹੈ। ਹੁਣ ਦਸਵੇਂ ਪਾਤਸ਼ਾਹ ਇਸ ਗੱਲ ਨੂੰ ਬੜਾ ਪ੍ਰੋੜਤਾ ਨਾਲ ਲਿਖਦੇ ਨੇ, ਅਦਵੈ ਅਵਨਾਸੀ ਪਰਮ ਪੂਰਨ ਪ੍ਰਕਾਸ਼ੀ, ਉਹ ਪੂਰਨ ਪ੍ਰਕਾਸ਼ ਰੂਪ ਹੈ। ਅਦਵੈ ਅਵਨਾਸੀ ਪਰਮ ਪੂਰਨ ਪ੍ਰਕਾਸ਼ੀ, ਮਹਾਂ ਰੂਪ ਹੋ ਕੇ ਰਾਸੀ ਹੈ, ਅਨਾਸੀ ਕਹਿ ਕੇ ਮਾਨੀਏ। ਜੰਤਰ ਹੂ ਨਾ ਜਾਤ ਜਾਗੀ, ਬਾਪ ਹੂ ਨਾ ਮਾਏ ਤਾਕੀ, ਪੂਰਨ ਪ੍ਰਭਾ ਸੋ ਛਟਾ ਕੈ ਅਨੁਮਾਨੀਏ। ਤਾਂ ਜਿਹੜਾ ਪ੍ਰਕਾਸ਼ ਸਰੂਪ ਵਾਹਿਗੁਰੂ ਹੈ, ਉਹ ਪ੍ਰਕਾਸ਼ ਸਰੂਪ ਹੈ, ਤਾਂ ਨਮਸਕਾਰ ਅਸਤ ਹੈ, ਉਹ ਦਾਤਾ ਦੇਣ ਵਾਲਾ ਹੈ, ਤਾਂ ਨਮਸਕਾਰ ਅਸਤ ਹੈ। ਤਾਂ ਐਸੇ ਵਾਹਿਗੁਰੂ ਨੂੰ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ। ਨਮਸਤੰ ਅਭੇਵੈ, ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਮੇਰੀ ਨਮਸਕਾਰ ਹੈ ਜਿਹੜਾ ਭੇਦ ਤੋਂ ਰਹਿਤ ਹੈ। ਨਮਸਤੰ ਅਭੇਵੈ, ਜਿਹਦੇ ਵਿੱਚ ਕੋਈ ਭੇਦ ਨਹੀਂ, ਫਰਕ ਨਹੀਂ। ਵਿਦਵਾਨਾਂ ਨੇ ਸਜਾਤੀ ਵਿਜਾਤੀ ਸਵੈਗਤ ਭੇਦ ਮੰਨੇ ਹਨ, ਤਾਂ ਇਹਨਾਂ ਭੇਦਾਂ ਤੋਂ ਐੜਾ ਰਹਿਤ ਵਾਹਿਗੁਰੂ ਪਰਮੇਸ਼ਰ ਜੀ ਹਨ, ਤਾਂ ਕਰਕੇ ਮੇਰੀ ਨਮਸਕਾਰ ਹੈ, ਕਿਉਂਕਿ ਹਰ ਜਗ੍ਹਾ 'ਤੇ ਉਹ ਆਪ ਹੀ ਬੈਠਾ ਹੈ। ਗੁਰਬਾਣੀ ਕਹਿੰਦੀ ਮੈਂ ਬਹੁ ਵਿਦ ਪੇਖਿਓ, ਦੂਜਾ ਨਾ ਹੀ ਰੀ ਕੋਊ। ਬੜੀ ਵਿਚਾਰ ਕਰਕੇ ਦੇਖਿਆ ਹੈ, ਬੜੀ ਭਾਲ ਕੀਤੀ ਹੈ, ਖੋਜ ਕੀਤੀ ਹੈ। ਇੱਕ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਨੂੰ ਹੋਰ ਕੋਈ ਦਿਖਦਾ ਨਹੀਂ। ਇਸੇ ਤਰ੍ਹਾਂ ਨਮਸਤੰਗ ਅਭੇਵੈ, ਜਿੱਥੇ ਭੇਵ ਦਾ ਅਰਥ ਭੇਦ ਰਹਿਤ ਕਰਦੇ ਨੇ ਮਹਾਂਪੁਰਸ਼ ਵਿਦਵਾਨ ਸਾਧੂ ਜਨ ਸੰਤ ਲੋਕ, ਉੱਥੇ ਭੇਦ ਦਾ ਅਰਥ ਹੁੰਦਾ ਹੈ ਦਿਲ ਦਾ ਭੇਦ। ਆਸ਼ਾ ਕੀ ਹੈ, ਤਾਤਪਰਜ ਕੀ ਹੈ? ਵਾਹਿਗੁਰੂ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਗਰੀਬ ਰਵਾਜ ਜੀਓ, ਆਪ ਜੀ ਦੇ ਭੇਦ ਆਸ਼ਾ ਨੂੰ ਕੋਈ ਵੀ ਨਹੀਂ ਪਾ ਸਕਦਾ ਹੈ। ਵੀ ਤੁਸੀਂ ਕੀ ਕਰਨਾ ਹੈ, ਆਉਣ ਵਾਲੇ ਸਮੇਂ ਵਿੱਚ ਕੀ ਹੋ ਜਾਣਾ ਹੈ? ਹੁਣ ਕੋਰੋਨਾ ਵਾਇਰਸ ਕਿੱਡੀ ਵੱਡੀ ਬਿਮਾਰੀ ਚੱਲੀ ਹੈ, ਹੁਣ ਜਦੋਂ ਚੱਲ ਪਈ ਹੈ ਤਾਂ ਹੁਣ ਸਾਰੇ ਹੀ ਭਵਿੱਖਬਾਣੀਆਂ ਕਰੀ ਜਾਂਦੇ। ਪਹਿਲਾਂ ਤਾਂ ਕਿਸੇ ਨੇ ਇਸ਼ਤਿਹਾਰ ਨਹੀਂ ਸੀ ਲਾਇਆ ਵੀ ਆਉਣ ਵਾਲੀ, ਕਿਸੇ ਨੂੰ ਨਹੀਂ ਪਤਾ ਲੱਗਾ ਪਹਿਲਾਂ। ਬਾਅਦ ਦੇ ਵਿੱਚ ਸਾਰੇ ਕਹੀ ਜਾਂਦੇ ਵੀ ਫਲਾਨੇ ਨੇ ਭਵਿੱਖਬਾਣੀ ਕੀਤੀ ਸੀ, ਫਲਾਨੇ ਨੇ ਕੀਤੀ ਸੀ। ਗੁੱਝੀਆਂ ਜਿਹੀਆਂ ਗੱਲਾਂ ਨੇ,
ਵੀ ਇੱਦਾਂ ਹੋਵੇਗਾ ਐਂ ਹੋ ਜਾਏਗਾ, ਪਰ ਕੋਈ ਸਾਫ਼ ਨਹੀਂ ਦੱਸ ਸਕਦਾ ਵੀ ਕੀ ਹੋਣ ਵਾਲਾ ਹੈ ਅਤੇ ਕੀ ਪਰਮਾਤਮਾ ਨੇ ਕਰਨਾ ਹੈ। ਹੁਣ ਕਿਸਾਨ ਅੰਦੋਲਨ ਹੈ, ਕਿਸੇ ਨੂੰ ਕੀ ਪਤਾ ਸੀ ਵੀ ਇਹ ਵੀ ਆਣ ਖੜਾ ਹੋਣਾ ਹੈ। ਅਗਲਿਆਂ ਨੇ ਸੋਚਿਆ ਨਹੀਂ ਹੋਣਾ, ਉਹਨਾਂ ਦੀਆਂ ਰਾਤ ਦੀਆਂ ਨੀਂਦਾਂ ਉੱਡੀਆਂ ਪਈਆਂ ਨੇ। ਤਾਂ ਗੁਰਬਾਣੀ ਕਹਿੰਦੀ ਹੈ ਵੀ ਵਾਹਿਗੁਰੂ ਦੇ ਭੇਦ ਆਸਰੇ ਨੂੰ ਕੋਈ ਵੀ ਜਾਣ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਹਨ ਹਰ ਕੀ ਗਤ ਨਹਿ ਕੋਊ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰਬਹੁ ਲੋਕ ਸਿਆਣੇ। ਵਾਹਿਗੁਰੂ ਪਰਮੇਸ਼ਰ ਕੀ ਚਾਹੁੰਦਾ ਹੈ? ਤਾਂ ਬਾਣੀ ਕਹਿੰਦੀ ਮਹਿਮਾ ਨਾ ਜਾਣੈ ਵੇਦ, ਬ੍ਰਹਮ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਾਰ ਬ੍ਰਹਮ ਪਰਮੇਸ਼ਰ ਬੇਅੰਤ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਗੱਲ ਉੱਤੇ ਬਹੁਤ ਜ਼ੋਰ ਦਿੰਦੇ ਨੇ ਕਿ ਜਿਹੜੀ ਹਉਮੈ ਰੱਖ ਕੇ ਲੋਕਾਂ ਨੂੰ ਠੱਗਣਾ, ਪਖੰਡ ਕਰਨਾ ਵੀ ਮੈਨੂੰ ਪਤਾ ਆਉਣ ਵਾਲੇ ਟਾਈਮ 'ਚ ਕੀ ਹੋਣਾ ਹੈ, ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ। ਜਿਨ੍ਹਾਂ ਨੂੰ ਪਤਾ ਵਾ ਵੀ ਆਉਣ ਵਾਲੇ ਸਮੇਂ 'ਚ ਕੀ ਹੋਣਾ ਹੈ, ਉਹ ਤਾਂ ਬੋਲਦੇ ਹੀ ਨਹੀਂ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ। ਬ੍ਰਹਮ ਨੂੰ ਬ੍ਰਹਮ ਗਿਆਨੀ ਜਾਣ ਸਕਦਾ, ਉਹਦੇ ਵਿੱਚ ਅਤੇ ਉਹਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਇਸ ਕਰਕੇ ਉਹਨਾਂ ਨੂੰ ਤਾਂ ਬੋਲਣ ਦੀ ਕੋਈ ਲੋੜ ਨਹੀਂ, ਅਤੇ ਜਿਹੜੇ ਨਹੀਂ ਜਾਣਦੇ ਉਹ ਫਿਰ ਝੂਠੀਆਂ ਭਵਿੱਖਬਾਣੀਆਂ ਕਰਦੇ ਆ। ਜਿਵੇਂ ਕੋਈ ਸਾਧ ਸੀ, ਜਿਹੜਾ ਵੀ ਕੋਈ ਉਹਦੇ ਕੋਲ ਜਾਣਾ ਉਹਨੇ ਲਿਖ ਕੇ ਦੇ ਦੇਣਾ ਮੁੰਡਾ, ਅੱਗੇ ਪਾ ਦੇਣਾ ਜਾਂ ਕੁੜੀ, ਜੇ ਤਾਂ ਮੁੰਡਾ ਹੋ ਜਾਣਾ ਤਾਂ ਉਹਨੇ ਵਿਸਰਾਮ ਲਾ ਦੇਣਾ, ਵੇਖੋ ਜੀ ਮੁੰਡਾ, ਅਤੇ ਜੇ ਲੜਕੀ ਹੋ ਜਾਣੀ ਫਿਰ ਜਾਂ ਤਾਂ ਵਿਸਰਾਮ ਲੱਗ ਜਾਣਾ ਜਾ ਕੇ, ਮਤਲਬ ਤੁੱਕਾ ਜਿਹਾ ਮਾਰ ਛੱਡਣਾ ਸਾਰਿਆਂ ਨੂੰ, ਜੇ ਇੱਕ ਅੱਧੇ ਦੇ ਹੋ ਗਿਆ ਤਾਂ ਬੱਲੇ ਬੱਲੇ, ਨਹੀਂ ਤਾਂ ਨਾ ਸਹੀ, ਦਾਵਾ ਨਹੀਂ ਕੋਈ। ਤਾਂ ਜਿਹੜੇ ਜਾਣਦੇ ਨੇ ਉਹ ਦੱਸਦੇ ਨਹੀਂ ਹਨ, ਅਤੇ ਜਿਹੜੇ ਨਹੀਂ ਜਾਣਦੇ ਉਹ ਇੱਦਾਂ ਦਾ ਪਖੰਡ ਕਰਦੇ ਰਹਿੰਦੇ ਕੋਈ ਨਾ ਕੋਈ, ਵੀ ਆਉਣ ਵਾਲੇ ਸਮੇਂ 'ਚ ਇੱਦਾਂ ਹੋਣਾ, ਆਉਣ ਵਾਲੇ ਸਮੇਂ 'ਚ ਇੱਦਾਂ ਹੋਣਾ। ਗੁਰਬਾਣੀ ਤਾਂ ਕਹਿੰਦੀ ਪਤਾ ਹੀ ਕਿਸੇ ਨੂੰ ਨਹੀਂ, ਹਰ ਕੀ ਗਤ ਨਹਿ ਕੋਊ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰਬਹੁ ਲੋਕ ਸਿਆਣੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਵਾਹਿਗੁਰੂ ਦਾ ਭੇਦ ਕੋਈ ਨਹੀਂ ਪਾ ਸਕਦਾ, ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਤੰ ਨਮਸਕਾਰ ਹੈ। ਆਪੇਵੈ ਭੇਦ ਆਸਰੇ, ਜਿਹਦਾ ਕੋਈ ਆਸ਼ਾ ਨਹੀਂ ਜਾਣ ਸਕਦਾ। ਨਮਸਤੰ ਅਪੇਵੈ, ਤੀਸਰਾ ਅਰਥ ਵੀ ਮਹਾਂਪੁਰਸ਼ ਕਰਦੇ ਹੈ, ਉਹ ਕਰਦੇ ਨੇ ਗੁਰਮੁਖੀ ਮੁਤਾਬਕ, ਪੰਜਾਬੀ ਮੁਤਾਬਕ। ਜੇ ਭੇਵ ਸ਼ਬਦ ਦੇ ਉੱਤੇ ਬਿੰਦੀ ਲੱਗੀ ਹੋਵੇ ਤਾਂ ਉਹਦਾ ਭਾਵ ਬਣ ਜਾਂਦਾ ਭਿੱਜਣਾ, ਭੇਣਾ, ਪਸੀਜ ਜਾਣਾ, ਜਿਹਦਾ ਅਰਥ ਬਣਦਾ ਹੈ। ਵਾਹਿਗੁਰੂ ਪਰਮੇਸ਼ਰ ਜੀ ਬਿਨਾਂ ਪ੍ਰੇਮਾ ਭਗਤੀ ਤੋਂ ਕਿਸੇ 'ਤੇ ਵੀ ਪਸੀਜਦੇ ਨਹੀਂ, ਭਿੱਜਦੇ ਨਹੀਂ। ਹੁਣ ਇਹ ਗੱਲ ਲਿਖੀ ਕਿੱਥੇ ਹੈ? ਇਹ ਗੱਲ ਲਿਖੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ। ਇਹ ਬਚਨ ਕਿੱਥੇ ਕੀਤਾ ਮਹਾਰਾਜ ਨੇ? ਨਾ ਭੀਜੈ ਸੁਰਤੀ ਗਿਆਨੀ ਯੋਗ, ਨਾ ਭੀਜੈ ਸੋਗੀ ਕੀਤੇ ਰੋਜ਼, ਨਾ ਭੀਜੈ ਰੂਪੀ ਮਾਲੀ ਰੰਗ, ਨਾ ਭੀਜੈ ਤੀਰਥ ਭਵਿਆ ਨਾ। ਭਿੱਜਦਾ ਕਦੋਂ ਹੈ? ਜਦੋਂ ਮਨ ਸ਼ਾਮਿਲ ਹੋਵੇ, ਦਿਲੋਂ ਕਰੇ, ਪ੍ਰੇਮ ਨਾਲ ਕਰੇ, ਦਿਖਾਵਾ ਨਾ ਕਰੇ, ਲੇਖਾ ਲਿਖੀਏ ਮਨ ਕਹਿ ਪਾਏ, ਨਾਨਕ ਭੀਜੈ ਸਾਚੇ ਨਾਏ। ਤਾਂ ਸਤਿਗੁਰੂ ਕਹਿੰਦੇ ਨੇ ਕਿ ਬਿਨਾਂ ਪ੍ਰੇਮ ਤੋਂ ਉਹ ਭਿੱਜਦਾ ਨਹੀਂ। ਤੈਨੂੰ ਰਾਗੀ ਨਾਦੀ ਬੇਦੀ ਸਭੇ ਗਾਉਂਦੇ ਆ, ਭਿੱਜਦਾ ਨਹੀਂ ਪ੍ਰੇਮ ਤੋਂ ਬਿਨਾਂ। ਮਹਾਤਮਾ ਧਾਰਨਾ ਪੜ੍ਹਦੇ ਹੁੰਦੇ ਸੀ ਮਹਾਂਪੁਰਸ਼ ਦੇ ਨਾਲ, ਸ਼ਬਦ ਕੀ ਰੱਖਣਾ? ਨਾ ਭੀਜੈ ਰਾਗੀ ਨਾਦੀ ਬੇਦ, ਨਾ ਭੀਜੈ ਸੁਰਤੀ ਗਿਆਨੀ ਯੋਗ। ਤਾਂ ਵਾਹਿਗੁਰੂ ਪਰਮੇਸ਼ਰ ਜੀ ਪ੍ਰੇਮ ਕਰਕੇ ਵਸ ਚਾਹੁੰਦੇ ਨੇ, ਹੋਰ ਕਿਸੇ ਕਰਮ ਧਰਮ ਦੇ ਨਾਲ ਉਹ ਭਿੱਜਦੇ ਨਹੀਂ ਹਨ। ਐਸੇ ਵਾਹਿਗੁਰੂ ਨੂੰ ਮੇਰੀ ਨਮਸਕਾਰ ਹੈ। ਨਮਸਤੰ ਅਜਨਮੇ, ਨਮਸਤੰ ਅਜਨਮੇ, ਜਿਹੜਾ ਜਨਮ ਤੋਂ ਆ ਰਹਿਤ ਹੈ, ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਮੇਰੀ ਨਮਸਕਾਰ ਹੈ।
ਜੇ ਅੱਜ ਨਵੇਂ ਕਰ ਦਈਏ ਅਜਨਮੇ ਨੂੰ ਇਸ ਤਰ੍ਹਾਂ ਅਰਥ ਕਰਨ ਲੱਗਿਆਂ, ਮੁੱਖ ਪਾਠ ਤੇ ਅਜਨਮੇ ਹੀ ਹੈ, ਅਰਥ ਕਰਨ ਲੱਗਿਆਂ ਜੇ ਇੱਦਾਂ ਕਰੀਏ ਅੱਜ ਨਵੇਂ, ਤਾਂ ਅੱਜ ਕੌਣ ਨੇ? ਬ੍ਰਹਮਾ ਜੀ, ਦੇਵੀ ਦੇਵਤੇ, ਉਹ ਵੀ ਵਾਹਿਗੁਰੂ ਪਰਮੇਸ਼ਰ ਅੱਗੇ ਨਿਉਂਦੇ ਹਨ। ਜਿਹੜੇ ਵਾਹਿਗੁਰੂ ਜੀ ਦੇ ਅੱਗੇ ਵੱਡੇ ਵੱਡੇ ਦੇਵੀ ਦੇਵਤੇ ਵੀ ਨਿਉਂਦੇ ਹਨ, ਐਸੇ ਵਾਹਿਗੁਰੂ ਨੂੰ ਹੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਮੇਰੀ ਨਮਸਕਾਰ ਹੈ। ਨਮਸਤੰ ਅਜਨਮੇ, ਗੁਰਬਾਣੀ ਇੱਕ ਗੱਲ ਦਾ ਹੋਰ ਵੀ ਜ਼ਿਕਰ ਕਰਦੀ ਹੈ ਵੀ ਐੜੇ ਦਾ ਅਰਥ ਹੋਇਆ ਵਿਸ਼ੇਸ਼, ਵਿਸ਼ੇਸ਼ ਕਰਕੇ ਸੰਸਾਰ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਜਨਮ ਧਾਰਦਾ ਹੈ। ਗੁਰਬਾਣੀ 'ਚ ਦੋ ਜ਼ਿਕਰ ਆਉਂਦੇ ਨੇ, ਭਰਮੇ ਭੂਲੇ ਨਰ ਕਰਤ ਕਚਰਾਇਣ, ਜਨਮ ਮਰਨ 'ਤੇ ਰਹਿਤ ਨਰਾਇਣ। ਪਰ ਦੂਸਰੇ ਬੰਨੇ ਇੱਕ ਇਹ ਵੀ ਜ਼ਿਕਰ ਆਉਂਦਾ ਹੈ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਤਾਰ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਗੁਰਬਾਣੀ ਦੇ ਵਿੱਚ ਦੂਸਰੇ ਪਾਸੇ ਇਹ ਵੀ ਜ਼ਿਕਰ ਆਉਂਦਾ ਹੈ ਵੀ ਜਨ ਪਰਉਪਕਾਰੀ ਆਏ, ਜਨਮ ਮਰਨ ਦੋਹੋਂ ਮੈਂ ਨਾਹੀਂ, ਜੀ ਦਾਨ ਦੇ ਭਗਤੀ ਲਾਇਨ ਹਰਸ਼ਿਓ ਲੈਨ ਮਿਲਾਏ। ਜਿੱਥੇ ਗੁਰਬਾਣੀ ਕਹਿੰਦੀ ਹੈ ਰੱਬ ਜੰਮਦਾ ਨਹੀਂ, ਉੱਥੇ ਨਾਲ ਗੁਰਬਾਣੀ ਇਹ ਵੀ ਕਹਿੰਦੀ ਹੈ ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ। ਉੱਥੇ ਗੁਰਬਾਣੀ ਇਹ ਵੀ ਕਹਿੰਦੀ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਉੱਥੇ ਗੁਰ ਆਪਣੇ ਵਿਦਵਾਨ ਇਹ ਵੀ ਕਹਿੰਦੇ ਨੇ ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤਾਖਾ। ਇੱਕ ਬੰਨੇ ਗੁਰਬਾਣੀ ਦੇ ਵਿੱਚ ਵਚਨ ਆਉਂਦਾ ਆ ਕਿ ਉਹ ਜੰਮਦਾ ਨਹੀਂ, ਦੂਸਰੇ ਬੰਨੇ ਗੁਰਬਾਣੀ ਕਹਿੰਦੀ ਆਉਂਦਾ ਵੀ ਹੈ। ਤਾਂ ਗੁਰਬਾਣੀ ਤੇ ਗਲਤ ਨਹੀਂ ਹੋ ਸਕਦੀ, ਬੰਦੇ ਦੀ ਮਤ ਗਲਤ ਹੋ ਸਕਦੀ ਹੈ, ਸੁਰਤੀ ਬਿਰਤੀ 'ਚ ਗੱਲ ਨਾ ਆਵੇ ਉਹ ਵੱਖਰੀ ਗੱਲ ਹੈ। ਕਿ ਜਿਵੇਂ ਡਾਕਟਰ ਭਾਈ ਵੀਰ ਸਿੰਘ ਜੀ ਉਦਾਹਰਣ ਦਿੰਦੇ ਹੁੰਦੇ ਸੀ ਕਿ ਜੇਲ੍ਹ ਦੇ ਵਿੱਚ ਕੈਦੀ ਹੈ, ਉਹ ਆਪਣੇ ਕਰਮਾਂ ਦਾ ਫਲ ਭੋਗਦੇ ਪਏ ਆ, ਉਹ ਬਾਹਰ ਨਹੀਂ ਆ ਸਕਦੇ, ਉਹ ਸਜ਼ਾ ਭੋਗਦੇ ਆ। ਪਰ ਉੱਥੇ ਇੱਕ ਡਾਕਟਰ ਵੀ ਹੈ ਜਿਹੜਾ ਜੇਲ੍ਹ 'ਚ ਜਾਂਦਾ ਹੈ, ਕੈਦੀਆਂ ਨੂੰ ਠੀਕ ਕਰਦਾ ਹੈ, ਦਵਾਈ ਦਿੰਦਾ ਹੈ, ਆਪਦੀ ਸੇਵਾ ਕਰਦਾ ਹੈ। ਪਰ ਉਹਦੇ ਉੱਤੇ ਕੈਦੀਆਂ ਵਾਲੇ ਕਾਨੂੰਨ ਨਹੀਂ ਲਾਗੂ ਹੁੰਦੇ ਵੀ ਉਹ ਵੀ ਜੇਲ੍ਹ 'ਚ ਉਹਨਾਂ ਵਾਂਗ ਬਣਦਾ ਅਤੇ ਸਜ਼ਾ ਭੋਗਦਾ ਹੈ। ਬਾਹਰੋਂ ਅੰਦਰ ਜਾਂਦਾ ਹੈ, ਸੇਵਾ ਕਰਦਾ ਹੈ ਅਤੇ ਫਿਰ ਬਾਹਰ ਆ ਜਾਂਦਾ ਹੈ ਆਪਦੀ ਡਿਊਟੀ ਕਰਕੇ। ਤਾਂ ਵਾਹਿਗੁਰੂ ਪਰਮੇਸ਼ਰ ਸਾਡੇ ਵਾਂਗ ਨਹੀਂ ਜੰਮਦਾ ਹੈ, ਜਿੱਦਾਂ ਅਸੀਂ ਕਰਮਾਂ ਦਾ ਫਲ ਦੇਣ ਭੋਗਣ ਵਾਸਤੇ ਸੰਸਾਰ ਦੇ ਵਿੱਚ ਆਏ ਹਾਂ। ਗੁਰਬਾਣੀ ਤੇ ਇੱਥੋਂ ਤੱਕ ਕਹਿ ਦਿੰਦੀ ਹੈ, ਇੱਕ ਸ਼ਬਦ ਆਪਾਂ ਬੜਾ ਪੜ੍ਹਦੇ ਹਾਂ, ਪ੍ਰੇਮ ਨਾਲ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਹੁਣ ਇਹ ਤੋਂ ਪਹਿਲੀਆਂ ਤੁਕਾਂ ਨਹੀਂ ਪੜ੍ਹਦਾ ਕੋਈ ਵੀ ਸਤਿਗੁਰੂ ਨਦਰ ਕਿਉਂ ਕਰੇ, ਕਿ ਤੇਰਾ ਸਤਿਗੁਰੂ ਨੇ ਠੇਕਾ ਦੇਣਾ ਵਾ ਜਾਂ ਤੇਰਾ ਪੈਸੇ ਦੇਣੇ ਆ, ਜੇ ਤੇਰੇ ਤੋਂ ਕਰਜ਼ਾ ਲਿਆ ਸੀ ਵੀ ਤੇਰੇ 'ਤੇ ਹੀ ਨਦਰ ਕਰੇ। ਸਤਿਗੁਰੂ ਕਿਹਦੇ ਉੱਤੇ ਨਦਰ ਕਰੇਗਾ? ਮਹਾਰਾਜ ਕਹਿੰਦੇ ਮੇਰੇ ਮਨ ਏਕਸ ਸਿਉਂ ਚਿਤ ਲਾਏ, ਜਿਹੜਾ ਇੱਕ ਨਾਲ ਜੁੜੂਗਾ ਨਦਰ ਉਹਦੇ 'ਤੇ ਹੋਊਗੀ। ਏਕਸ ਬਿਨ ਸਭ ਧੰਦ ਹੈ, ਇੱਕ ਤੋਂ ਬਿਨਾਂ ਜੋ ਵੀ ਆ ਗਿਆਨੀ ਧਿਆਨੀ ਬਹੁ ਵਿਦੇਸ਼ੀ, ਇਹ ਜਗ ਸਗਲੋ ਧੰਦਾ, ਬਾਕੀ ਸਭ ਧੰਦ ਹੀ ਆ। ਧੰਦਾ ਪਿੱਟੋ ਭਾਈਓ, ਸਭ ਧੰਦੇ ਨੂੰ ਰੋਂਦੇ ਪਏ। ਹੁਣ ਜੇ ਇਸ ਸ਼ਬਦ ਦੀ ਵਿਆਖਿਆ ਕੀਤੀ ਜਾਵੇ ਵੀ ਇੱਕ ਤੋਂ ਬਿਨਾਂ ਸਭ ਧੰਦਾ ਹੀ ਆ, ਤੇ ਫਿਰ ਤੇ ਲੜਾਈ ਕਰਨ ਵਾਲੀ ਗੱਲ ਹੋਊਗੀ, ਮੁੱਲ ਦੀ ਲੜਾਈ ਲੈਣੀ ਕਿ ਸਭ ਲੈਣ ਦੇਣਾ ਧੰਦਾ ਮੈਂ ਲੈਣ ਦੇਣਾ। ਜੇ ਬੰਦਾ ਜੰਮਿਆ ਉਹ ਵੀ ਧੰਦਾ ਹੀ ਆ, ਕਿਸੇ ਦਾ ਹਿਸਾਬ ਦੇਣ ਆਇਆ ਤੇ ਕਿਸੇ ਤੋਂ ਲੈਣ ਆਇਆ। ਜਿਹੜੀ ਰਿਸ਼ਤੇਦਾਰੀ ਸੰਬੰਧ ਹੈ ਇਹ ਵੀ ਤੇ ਇੱਕ ਧੰਦਾ ਹੀ ਆ ਨਾ, ਲੈਣ ਦੇਣ ਹੀ ਚੱਲਦਾ ਪਿਆ। ਜਦੋਂ ਬੰਦੇ ਦੀ ਮੌਤ ਹੁੰਦੀ ਹੈ ਇਹ ਵੀ ਇੱਕ ਲੈਣ ਦੇਣ ਲੇਖਾ ਵਾ, ਧੰਦਾ ਵਾ, ਜਿੰਨੇ ਉਹਦੇ 'ਤੇ ਲੱਗਣੇ ਉਹ ਲੱਗਦੇ ਨੇ, ਜਿੰਨੇ ਉਹਦੇ ਭੰਡਾਰੇ 'ਤੇ ਲੱਗਣੇ ਉਹਦਾ ਹਿਸਾਬ ਸੀ, ਉਹਨੇ ਲੈਣਾ ਆਪਣਾ।
ਤੇ ਸਿਆਣੇ ਬੰਦੇ ਸਸਕਾਰ ਤੋਂ ਬਾਅਦ, ਅਖੰਡ ਪਾਠ ਸਾਹਿਬ ਤੋਂ ਬਾਅਦ, ਕੀਰਤਪੁਰ ਸਾਹਿਬ ਦੇ ਫੁੱਲਾਂ ਤੋਂ ਬਾਅਦ ਸਾਰਾ ਹਿਸਾਬ ਕੱਢ ਕੇ ਦੇਖਦੇ ਹੁੰਦੇ ਵੀ ਇੰਨਾ ਹਿਸਾਬ ਸੀ ਇਸ ਬੰਦੇ ਨੂੰ, ਅੱਜ ਖਤਮ ਹੋਇਆ। ਪਰ ਇੱਥੇ ਸਵਾਲ ਪੈਦਾ ਹੋ ਸਕਦਾ, ਫਿਰ ਬੰਦਗੀ ਵੀ ਧੰਦਾ ਹੀ ਹੈ, ਬੰਦਗੀ ਵੀ ਲੈਣ ਦੇਣੀ ਹੈ ਫਿਰ। ਤਾਂ ਗੁਰਬਾਣੀ ਕਹਿੰਦੀ ਇੱਕ ਬੰਦਗੀ ਤੋਂ ਬਿਨਾਂ ਬਾਕੀ ਸਭ ਕੁਝ ਲੈਣ ਦੇਣੀ ਹੈ ਧੰਦਾ ਹੀ। ਬੰਦਗੀ ਧੰਦਾ ਨਹੀਂ ਕਿਵੇਂ? ਜੇ ਅਸੀਂ ਕਰਦੇ ਹਾਂ ਤਾਂ ਉਹਦਾ ਲਾਭ ਸਾਨੂੰ ਹੀ ਮਿਲਦਾ ਹੈ, ਪਰਮਾਤਮਾ ਨੂੰ ਨਹੀਂ। ਇੱਕ ਪਾਸਾ ਧੰਦੇ 'ਚ ਕੀ ਹੁੰਦਾ, ਇੱਕ ਹੱਥ ਦੇ ਅਤੇ ਦੂਜੇ ਹੱਥ ਲੈ ਲੈਣ ਦੇਣਾ ਧੰਦੇ 'ਚ। ਇੱਥੇ ਸਭ ਲੈਣ ਵਾਲੇ ਹੀ ਆਉਂਦੇ ਆ ਇੱਕ ਪਾਸਾ। ਜੇ ਅਸੀਂ ਬੰਦਗੀ ਨਹੀਂ ਕਰਦੇ ਤਾਂ ਰੱਬ ਨੂੰ ਕੋਈ ਫਰਕ ਵੀ ਨਹੀਂ ਪੈਂਦਾ, ਵੱਡਾ ਨਾ ਹੋਵੇ। ਜੇ ਕਰਦੇ ਹਾਂ, ਨਹੀਂ ਕਰਦੇ ਤਾਂ ਘਾਟ ਨਾ ਜਾਏ, ਤਾਂ ਉਹਦਾ ਕੁਝ ਘਟਦਾ ਨਹੀਂ ਆ ਵੀ ਸ਼ਾਇਦ ਉਹ ਸਾਡੀ ਬੰਦਗੀ 'ਤੇ ਖਲੋਤਾ, ਸਾਡੇ ਪਾਠਾਂ 'ਤੇ ਖਲੋਤਾ। ਆ ਇੱਕ ਤੋਂ ਬਿਨਾਂ ਸੱਚੇ ਪਾਤਸ਼ਾਹ ਕਹਿੰਦੇ ਸਭ ਧੰਦਾ ਹੀ ਆ, ਸਭ ਲੈਣ ਦੇਣੀ ਆਪਣਾ ਹਿਸਾਬ ਕਿਤਾਬ ਨਿਬੇੜਨ ਵਾਲੀ ਗੱਲ ਹੀ ਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੁਝ ਮਹਾਤਮਾ ਇੱਦਾਂ ਦੇ ਨੇ, ਵਾਹਿਗੁਰੂ ਦੇ ਪਿਆਰੇ ਇੱਦਾਂ ਦੇ ਨੇ, ਜਿਹੜੇ ਸੰਸਾਰ ਦੇ ਵਿੱਚ ਆਉਂਦੇ ਤੇ ਨੇ ਪਰ ਉਹਨਾਂ 'ਤੇ ਸੰਸਾਰ ਦੇ ਦੁੱਖ ਕਰਮਾਂ ਦਾ ਫਲ ਲਾਗੂ ਨਹੀਂ ਹੁੰਦਾ। ਉਹ ਸੇਵਾ ਕਰਨ ਵਾਸਤੇ ਆਉਂਦੇ ਨੇ ਤੇਰੇ ਜਨ, ਪਰ ਉਹ ਪਕਾਰੀ ਆਏ। ਜੀ ਦਾਨ ਤੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਏ ਆਏ, ਸਫਲ ਤਿਨਾ ਕੇ ਕੰਮ। ਇੱਕ ਗੱਲ ਸੰਤ ਸੰਗੀਆਂ ਵਿੱਚ ਬੜੀ ਪ੍ਰਸਿੱਧ ਆ, ਜਿਹੜੇ ਸੰਤ ਸੇਵੀ ਅਤੇ ਸੰਤ ਸੰਗੀ ਆ ਉਹ ਇੱਕ ਗੱਲ ਬੜੀ ਕਹਿੰਦੇ ਹੁੰਦੇ ਆ ਵੀ ਸਾਡੇ ਸੰਤ ਨਾ ਮਾਇਆ ਪਾ ਕੇ ਰੱਖਦੇ ਆ। ਅਤੇ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਵਿੱਚ ਰਹਿੰਦੇ ਸਨ, ਉਹ ਚੜ੍ਹਾਈ ਕਰ ਗਏ ਨੇ। ਉਹ ਇੱਕ ਗੱਲ ਕਹਿੰਦੇ ਹੁੰਦੇ ਸੀ, ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੇ ਟਕਸਾਲ, ਉਹਨਾਂ ਨਾਲ ਬੜਾ ਪ੍ਰੇਮ ਸੀ, ਸਨੇਹ ਸੀ, ਸਰੀਰ ਛੱਡਣ ਤੋਂ ਪਹਿਲਾਂ ਵੀ ਮਿਲੇ। ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਸ਼੍ਰੀਮਾਨ ਸੰਤ ਮੋਹਨ ਸਿੰਘ ਜੀ, ਉਹ ਕਹਿੰਦੇ ਸੰਤ ਮਾਇਆ ਪਾਉਂਦਾ ਵਾ ਕਿ ਮਾਇਆ ਲਾਉਂਦਾ ਵਾ? ਜੇ ਤੇ ਸੰਤ ਨੇ ਮਾਇਆ ਪਾਉਣੀ ਤੇ ਸੰਤ ਤੋਂ ਲੈਣ ਕੀ ਗਏ ਫਿਰ ਤੁਸੀਂ? ਇਹ ਬੜੀ ਚੱਲਦੀ ਸੰਤ ਸੰਗੀਆਂ 'ਚ ਗੱਲ ਨਾ, ਸਾਡੇ ਸੰਤ ਨਾ ਮਾਇਆ ਦਾ ਪਰਦਾ ਪਾ ਕੇ ਰੱਖਦੇ ਆ। ਕਈ ਵਾਰੀ ਮੈਂ ਸੋਚਦਾ ਹੋਣਾ ਵੀ ਉਹਦਾ ਵੀ ਨਹੀਂ ਲਿਆ ਹੋਣਾ ਜਿਹੜਾ ਤੂੰ ਕਹੀ ਜਾਂਦਾ ਵੀ ਮਾਇਆ ਦਾ ਪਰਦਾ ਪਾ ਕੇ ਰੱਖ। ਸੰਤ ਕੌਣ ਨੇ? ਮਹਾਰਾਜ ਕਹਿੰਦੇ ਜਨਮ ਮਰਨ ਦੋਹੂ ਮੈਂ ਨਾ ਹੀ, ਜਨ ਪਾਰੋ ਪਕਾਰੀ ਆਏ। ਜੀ ਦਾਨ ਤੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਤੇ ਮਹਾਂਪੁਰਖ ਪਰਉਪਕਾਰ ਦਾ ਅਰਥ ਕਰਦੇ ਹੁੰਦੇ ਸੀ, ਤੇਰੇ ਜਨ ਪਰਉਪਕਾਰੀ ਆਏ, ਪਰ ਮੈਨੇ ਪਰਮਾਤਮਾ, ਉਪ ਮੈਨੇ ਨੇੜੇ, ਕਾਰ ਮੈਨੇ ਕਰਨਾ। ਸੰਤ ਉਹ ਹੈ ਜਿਹੜਾ ਰੱਬ ਦੇ ਨੇੜੇ ਕਰੇ, ਅਤੇ ਜਿਹਨੇ ਮਾਇਆ ਦਾ ਪਰਦਾ ਹੀ ਪਾਉਣਾ ਸੀ ਉਹਨੂੰ ਸੰਤ ਕਿਹਨੇ ਕਿਹਾ ਫਿਰ? ਤਾਂ ਸੰਤ ਗਿਆਨੀ ਮੋਹਨ ਸਿੰਘ ਜੀ ਇਸ ਗੱਲ ਨੂੰ ਖੰਡਨ ਕਰ ਦਿੰਦੇ ਹੁੰਦੇ, ਇਹ ਗੱਲ ਨਾ ਕਹੋ ਵੀ ਸੰਤ ਮਾਇਆ ਦਾ ਪਰਦਾ ਪਾ ਕੇ ਰੱਖਦਾ ਹੈ, ਸੰਤ ਤਾਂ ਉਹ ਹੈ ਜਿਹੜਾ ਮਾਇਆ ਦਾ ਪਰਦਾ ਲਾਉਂਦਾ। ਤਾਂ ਐਸੇ ਜਿਹੜੇ ਰੱਬੀ ਸਰੂਪ ਨੇ, ਜਿਵੇਂ ਸ਼ੀਸ਼ੇ ਦੇ ਵਿੱਚ ਆਪਦਾ ਸਰੂਪ ਵੇਖੀਏ, ਤਾਂ ਇਸ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਸਰੂਪ ਨੇ ਉਹ ਸੰਸਾਰ ਦੇ ਵਿੱਚ ਆਉਂਦੇ ਨੇ। ਅਤੇ ਗੀਤਾ ਦੇ ਵਿੱਚ ਇਹਦੇ ਉੱਤੇ ਬੜਾ ਵਿਸਥਾਰ ਨਾਲ ਲਿਖਿਆ ਵਾ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਵਿਆਸ ਜੀ ਦੁਆਰਾ ਲਿਖਾਇਆ ਹੈ ਕਿ ਮੈਂ ਇੱਦਾਂ ਆਉਂਦਾ ਅਰਜਨ, ਤੂੰ ਇੱਦਾਂ ਜੰਮਦਾ ਵਾਂ। ਉੱਥੇ ਇੱਕ ਸ਼ਬਦ ਵਰਤਿਆ ਉਹਨਾਂ ਆਵਿਰਭਾਵ, ਆਵਿਰਭਾਵ ਨੂੰ ਪੰਜਾਬੀ 'ਚ ਕਹਿੰਦੇ ਪ੍ਰਗਟ ਹੋਣਾ। ਭਗਵਾਨ ਕ੍ਰਿਸ਼ਨ ਕਹਿੰਦੇ ਅਰਜਨ ਫਰਕ ਇਹ ਆ ਵੀ ਤੂੰ ਵੀ ਜਾਨਾ ਦੁਨੀਆਂ 'ਚ ਅਤੇ ਮੈਂ ਵੀ ਜਾਨਾ ਦੁਨੀਆਂ 'ਚ, ਪਰ ਫਰਕ ਇਹ ਆ ਮੈਂ ਪ੍ਰਗਟ ਹੁੰਦਾ ਵਾਂ ਅਤੇ ਤੂੰ ਜੰਮਦਾ ਵਾਂ, ਇੰਨਾ ਫਰਕ ਹੈ। ਪਰਮਾਤਮਾ ਦੇ ਪਿਆਰੇ ਪ੍ਰਗਟ ਹੁੰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ, ਜਿਵੇਂ ਸੂਰਜ ਪ੍ਰਗਟ ਹੁੰਦਾ ਹੈ
कदी किसी ने कहा सूरज जम पिया, इदां जरूर कहिंदे वी सवेरे 5 बजे चढ़िया 6 बजे चढ़िया। तो जिवें सूरज डुबदा है, कदी किसी ने कहा सूरज मर गया, हाँ दिखणों मर गया मरिया नहीं। इदां कहिंदे मैं आविर्भाव नूं प्राप्त हुंदा वां ते तूं जमदा, इन्ना क फर्क है परमात्मा दे प्यारे दा दुनिया च आउण दा ते आम बंदे दे आउण दा। इस करके महाराज कहिंदे ने हे प्रभु नमस्तं अजन्मे, आप विशेष करके आप ही जन्म अवतार धारण करदे हो संसार दी रक्षा वास्ते। इस करके सुखमनी साहब च इह वी लिखिआ है सतगुरु जी ने कि किन्ने ही तेरे अवतार ने जिहड़े संसार दी रक्षा करन वास्ते आउंदे हन। नमस्तं सो बानवे, नमस्तं सो बानवे, सो श्रेष्ठ वाहिगुरु जिहड़ा सब तो उत्तम है, सब तो वड्डा है, सो वनीक है, वो जिथे सारे संसार दे विच बैठा है उहदी चेतन सत्ता बाण जंगल आदक दे विच भी बैठी। दसवें पातशाह दे शुरुआत च कहिंदे हे वाहिगुरु तेरा नाम ते तीले भी जपदे ने ते बाण जंगल भी जपदा, बाण त्रिण। ते सुखमनी साहब च महाराज कहिंदे ने वाण त्रिण परमत है पार ब्रह्म, हर जगह ही चेतन सत्ता बैठी हुई। तां जिहड़ा श्रेष्ठ वाहिगुरु बाण जंगलां आदकां दे विच भी है उन्नू नमस्तंग नमस्कार है, जां बन दा अर्थ हुंदा जाल आदक पंज तत्त तों भाव लैणा, पंजां तत्तां दे विच भी ते उही बैठा है, नहीं ते जड़ तत्तां तों जीव कला कितां पैदा होई जांदी। पहला पाणी जीओ है, पाणी जड़ सी पर वाहिगुरू दी चेतन सत्ता करके गुरबाणी ने उन्हूं जीव आत्मा लिखिया कि जीवन पैदा करता है। जल है तो जीवन है, जिथे जल नहीं उथे जीवन की अणहोंद मनी है। तो महाराज सच्चे पातशाह कहिंदे ने पहला पाणी जीओ है, पहली रूह जीव आत्मा जीवन ते पाणी है। तो नमस्तं सो बन में वह वाहिगुरु बन जल आदक पंजां तत्तां दे विच जिहड़ा बैठा है नमस्तं, उन्हों भी सतगुरु कहिंदे मेरी नमस्कार है। जां महापुरश खिच के अर्थ भी करदे हन नमस्तं सो बन में, वह वाहिगुरु जिहड़ा है वह किसे नूं भी सो श्रेष्ठ बन बनावणे दे विच चतर है, सियाणा है, उहदी मर्जी है। उन्हें वड्डे वड्डे चोर भी साध बनाए, जिदण वह अपनी मौज के घर च आ गया, कृपा दृष्टि के घर च आ गया, वड्डे वड्डे पापी भी उन्हें तारे। सतगुरु गुरबाणी च लिखते ने क्या हंस क्या बगुला जाको नदर करे, जो तिस भावै नानका कागो हंस करे। धन गुरु नानक देव साहब कहिंदे जे उहदी मर्जी हो जाए कावां तो हंस बना दिंदा है, असाधां तो साध कर दिंदा है। एक बड़े उदासी संप्रदाय दे प्रसिद्ध महापुरश होए ने संत सुरजन दास जी, उन्हां ने कवितावां भी बड़ियां सोहणियां लिखियां ने सूफी रंग च ते वेदांत रंग दे विच। उन्हां दी एक कविता बड़ी प्रसिद्ध है, यारी यारी सब को आखै विरला तोड़ निभावे, लावण सौखी ते चावण भारी जाने जो अजमाए, साबत सिदक जिन्हां दा सद ही सो यारी फल पाए। शब्द वेखो साबत सिदक जिन्हां दा सद ही, हुण आम आशक बंदे ने कहना यह किहड़ी कविता वा, पर है कि संत की कविता है। यारी यारी सब को आखे विरला तोड़ निभाए, लावण सौखी ते चावण भारी जाने जो अजमाए, साबत सिदक जिन्हां दा सद ही सो यारी फल पाए। सुरजन दास ए भारी प्याला पी के कोई पचाए, अचर चरे तां सिद्ध होई सिद्धी ते बुद्ध पाई। उन्हां नूं जदों ब्रह्म ज्ञान की प्राप्ति हुई उन्हां ने फिर
बड़ी डूंगी कलम चलाई से शुद्ध स्वरूप पछाण लीता गया पख हिंदू ते मुसलमान वाला ना मैनू कोई हिंदू कहो ते ना को हुण मुसलमान क्यों हिंदू मुसलमान सब शरीर दे धर्म ने ते शरीर नाल ही खत्म हो जांदे से शुद्ध स्वरूप पछाण लीता गया पख हिंदू ते मुसलमान वाला अगे की कहिंदे आ वर्ण आश्रम का पिंजरा तोड़ दिता ये जिहड़े वहम पाले आ ना शरीर के वहम पाले दे अध्यासियां ने फलाने वर्ण का जी ये फलाने आश्रम का ये सारे देह अध्यास आते ने क्यों ये देह दे धर्म ने वर्ण आश्रम का पिंजरा तोड़ दिता रहा मजहब ना हुण दुकान आला ये दुकानदारियां ये बिजनेस ये जग सगलो धंधा ये लैण देण ये ठगियां ठोरियां ये पखंडा आले जिन्ने धर्म सी वर्ण आश्रम का पिंजरा तोड़ दिता। अगे वो बड़ा सोहना लिखते जे मैं ना भुला दास ना भुले विसरे ना ते की लिखते असी पए हाँ राह बेहदियां दे हद तो परे प्रकृति तो परे जेड़ा ब्रह्म है पार ब्रह्म असी पए हाँ राह बेहदियां दे हद तो परे। इहो जी कविता उन्होंने बड़ी सुंदर लिखी हुई है गया डन वेद ते कुरान आला वेद ते कुरान दा जेड़ा डन आ ना सिमरत शास्त्र पुन पाप विचार दे ये पुन पाप संत सुरजन दास कहिंदा मैनू नहीं हुण लगदा इन्हां दा वेद पुराण दी जिहड़ी मर्यादा वा करम धर्म आ मेरे ते लागू नहीं हुंदे। सुरजन दास ये मौज खलासियां दी लिया रस सर्प मकान आला जिहड़ा हर मकान शरीर दे विच बैठा है जिहनूं दसवें पातशाह कहिंदे मकी तों ही हर मकान च बैठा शरीर दे विच बैठा है उहदा रस माणिया है। तां इदां दे संत सुरजन दास जी होए ने उदासी संपर्दा धन बाबा श्री चंद साहिब जी श्री गुरु नानक देव जी दे वड्डे सपुत्र उस संपर्दा विच बड़े उच्च कोटि दे महात्मा सी। इन्हां दे जिहड़े मुरशद सी उन्हां दा नां सी टहल दास जी। संत टहल दास जी ने भंडारा किया भंडारे वास्ते समान इकट्ठा किया लंगर लाने सी समागम होने सी। ये जिहड़े सुरजन दास जी सी ये डाकू सी पहला बहुत वड्डे इन्हां नूं पता लग गया भी फलाने साध ने चंगा समान दुध घिओ खंड बैदा पैसा इकट्ठा किया भंडारे करन वास्ते ते इन्हां ने रात जाके लुटना शुरू कर दिता। संतां नूं आवाज सुनी संत टहल दास जी उठ पे है महात्मा सी तां कहण लगे भाई तुसी कौण कहिंदे जी असी चोर डाकू ताड़वी की करते पे आ जी ताड़ा समान लुटते पे हैं। तो संत टहल दास जी हस के कहन लगे रब की मौज है कि सवेरे असी लुटाउणा सी लंगर ला के तुसी पहला ही आ गए लुटन रात क्यों संत तो हो है जिन्हों हर जगह परमात्मा ही देखता। तो फिर आप कहन लगे चंगा भाई तुहानू चेता भुल गया होना फलानी जगह फलानी शै पई वह भी लै जाओ तुसी भी लुटना असी भी लुटाउणा। इस गल का असर बहुत पिया जिहड़ा डाकुआं दा सरदार सी जिहदा बाद च नां रखिया गया सुरजन दास उदासी संपर्दा मुताबक उत्ते इन्ना असर पिया भी उन्हें चरण फड़ ले संत टहल दास जी। संतां ने सोचिया भी ये हुण काबू आया वा कदी किसे नूं दुख दिंदा कदी किसे नूं दुख दिंदा है इहनूं साध बणाईए। उन्हें निम्रता ना चरण फड़ ले ते माफी मंगण लग पिया महाराज गलती हो गई खिमा कर दो। तो उदासियां दी जायदाद की हुंदी है एक चिमटा ते लकड़ दा धुआं धुआं चलदा रहिंदा लकड़ां दा असली उदासी दी ते जायदाद इन्नी की हुंदी है। अजकल भी कहिंदे आ जी फलाना बहुत त्यागी है फलाना बहुत वरागी है जिहड़ा त्यागी वरागी आ उह फिर डेरियां पिछे क्यों झगड़दा जे त्यागी वरागी है त्यागी वरागी ते फिर भावें दरख्त थले बैठा रहे फिर ही असली त्यागी वरागी होगा भावें जिथे मर्जी बैठा रहे उदा त्यागी भी आ वरागी भी आ पर झगड़ा भी करना डेरा भी नहीं छड़ना गुरद्वारा भी नहीं छड़ना। त
ਤਾਂ ਸੰਤਾਂ ਦੇ ਮਨ ਦੇ ਵਿੱਚ ਆਈ ਕਦੀ ਕਿਸੇ ਨੂੰ ਦੁੱਖ ਦਿੰਦਾ ਕਦੀ ਕਿਸੇ ਨੂੰ ਦੁੱਖ ਦਿੰਦਾ ਇਹਦਾ ਭਲਾ ਕਰੀਏ। ਪਰ ਪਾਪ ਬੜੇ ਕੀਤੇ ਸੀ ਸੰਤਾਂ ਦੀ ਆਪਣੇ ਸੁਭਾਅ ਹੁੰਦੇ ਨੇ ਕਾਨੂੰਨ ਹੁੰਦੇ ਨੇ ਉਹ ਆਪਦੇ ਹਿਸਾਬ ਨਾਲ ਸੁਧਾਰਦੇ ਆ। ਸੰਤ ਟਹਿਲ ਦਾਸ ਜੀ ਤੋਂ ਚਿਮਟਾ ਸੀ ਅਤੇ ਸੰਤਾਂ ਨੇ ਵੱਟ ਕੇ ਉਹਦੇ ਲੱਕ 'ਚ ਮਾਰਿਆ ਪਿੱਠ 'ਚ ਮਾਰਿਆ ਉਹਦੇ ਜ਼ਖਮ ਹੋ ਗਏ। ਉਹਨੇ ਫਿਰ ਚਰਨਾ ਛੱਡੇ ਸੰਤਾਂ ਜਾਣ ਕੇ ਪਰਖ ਕੇ ਦੂਜੀ ਵਾਰੀ ਇੰਨੀ ਖਿੱਚ ਕੇ ਮਾਰਿਆ ਵੀ ਲਹੂ ਦੇ ਫੁਹਾਰੇ ਵਗੇ। ਸੰਤਾਂ ਨੇ ਮਨ 'ਚ ਸੋਚੀ ਕਿ ਚੱਲ ਦੇਖਦੇ ਕਿੱਡਾ ਕੁ ਮਰਦਾ। ਸੰਤ ਕਹਿੰਦੇ ਛੱਡ ਮੇਰੇ ਚਰਨ, ਤੂੰ ਦੁਸ਼ਟ ਆ, ਤੂੰ ਡਾਕੂ ਆ, ਤੂੰ ਚੋਰ ਆ, ਲਟੇਰਾ। ਉਹਨੇ ਫਿਰ ਨਾ ਛੱਡੇ, ਜਦੋਂ ਸੰਤਾਂ ਤੀਸਰੀ ਵਾਰੀ ਖਿੱਚ ਕੇ ਮਾਰਿਆ ਸਾਰਾ ਸਰੀਰ ਲਹੂ ਲਹਾਨ ਹੋ ਗਿਆ। ਅਤੇ ਸੰਤਾਂ ਨੇ ਉਠਾ ਕੇ ਛਾਤੀ ਨਾਲ ਲਾ ਲਿਆ, ਕਹਿੰਦੇ ਜਾ ਮੈਂ ਤੇਰੇ ਪਿਛਲੇ ਤਿੰਨਾਂ ਜਨਮਾਂ ਦੇ ਪਾਪ ਕੱਟੇ, ਅੱਜ ਤੋਂ ਸਾਧ ਹੋਇਆ। ਬਸ ਉਸ ਮਿਲਣੀ ਦੇ ਵਿੱਚ ਇਹੋ ਜਿਹਾ ਜੀਵਨ ਪਲਟਿਆ। ਫਿਰ ਉਹਨਾਂ ਉਹ ਡਾਕੂ ਦਾ ਨਾਂ ਰੱਖਿਆ ਸੁਰਜਣ ਦਾਸ, ਅਤੇ ਉਦਾਸੀ ਸੰਤ ਹੋਏ ਬੜੇ ਵੱਡੇ ਸੰਤ ਸੁਰਜਣ ਦਾਸ ਜੀ। ਅਤੇ ਉਹ ਫਿਰ ਕਿਤੇ ਕਿਤੇ ਵਜਤ ਜਦੋਂ ਆਉਂਦੇ ਸੀ, ਕਿਤੇ ਸਿਮਰਨ ਕਰਦੇ, ਬਾਣੀ ਪੜ੍ਹਦੇ, ਸੁਖਮਨੀ ਸਾਹਿਬ ਦਾ ਜਾਪ ਕਰਦੇ, ਜਪਜੀ ਸਾਹਿਬ ਦਾ ਅਭਿਆਸ ਕਰਦੇ, ਅਤੇ ਕਿਤੇ ਕਿਤੇ ਜਦੋਂ ਉਹਨਾਂ ਨੇ ਫਿਰ ਕਵਿਤਾ ਲਿਖਣੀ, ਫਿਰ ਉਹਨਾਂ ਇੱਕ ਕਵਿਤਾ ਲਿਖੀ ਸੀ, ਯਾਰੀ ਯਾਰੀ ਸਭ ਕੋਈ ਆਖੇ ਵਿਰਲਾ ਤੋੜ ਨਿਭਾਏ। ਰੱਬ ਨੂੰ ਮਿਲਣ ਨੂੰ ਤਾਂ ਸਾਰੇ ਤੜਫਦੇ ਨੇ, ਪਰ ਕੋਈ ਵਿਰਲਾ ਹੀ ਇਸ ਰਾਹ 'ਤੇ ਨਿਭੇਗਾ। ਲਾਵਣ ਸੌਖੀ ਅਤੇ ਚਾਵਣ ਭਾਰੀ, ਜਾਣੇ ਜੋ ਅਜਮਾਏ ਸਾਬਤ ਸਿਰਕ, ਜਿਨ੍ਹਾਂ ਦਾ ਸਦ ਹੀ ਸੋ ਯਾਰੀ ਫਲ ਪਾਏ। ਸੁਰਜਣ ਦਾਸ ਇਹ ਭਾਰੀ ਪਿਆਲਾ ਪੀ ਕੇ ਕੋਈ ਪਚਾਏ, ਤਾਂ ਐਸੇ ਕੌਣ ਹੈ? ਉਹ ਹੈ ਵਾਹਿਗੁਰੂ, ਜਿਹੜਾ ਸੋ ਸ੍ਰੇਸ਼ਟ ਬਨ ਬਣਾਉਣ ਦੇ ਵਿੱਚ ਚਤੁਰ ਹੈ। ਜੇ ਉਹ ਆਪਣੀ ਮੌਤ 'ਚ ਆ ਜਾਏ ਤਾਂ ਵੱਡੇ ਵੱਡੇ ਚੋਰਾਂ ਨੂੰ ਵੀ ਸਾਧ ਬਣਾ ਦਿੰਦਾ ਹੈ। ਕਿਆ ਹੰਸ ਕਿਆ ਬਗਲਾ, ਜਾ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ। ਕਾਗੋ ਹੰਸ ਕਰੇ ਤਾਂ ਦਸਵੇਂ ਪਾਤਸ਼ਾਹ ਕਹਿੰਦੇ ਐਸੇ ਵਾਹਿਗੁਰੂ ਜੀ ਨੂੰ ਨਮਸਤੰਗ, ਮੇਰੀ ਨਮਸਕਾਰ ਹੈ। ਨਮੋ ਸਰਬ ਗਉਨੇ, ਨਮਸਕਾਰ ਹੈ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਜਿਹਦੀ ਹਰ ਥਾਂ 'ਤੇ ਗਾਉਣੇ ਗਮਤਾ ਹੈ, ਪਹੁੰਚ ਹੈ ਹਰ ਥਾਂ 'ਤੇ ਜਿੱਥੇ ਯਾਦ ਕਰੀਏ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਇੱਕ ਪੀਰ ਨੇ ਆਖਿਆ ਕਿ ਕੁਰਾਨ ਦੇ ਵਿੱਚ ਤੇ ਸੱਤ ਪਤਾਲ ਸੱਤ ਆਕਾਸ਼, ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਸਾਰਾ ਪ੍ਰਸੰਗ ਲਿਖਿਆ ਹੈ, ਨਾਲ ਲੀਤਾ ਬੇਟਾ ਪੀਰ ਦਾ ਅੱਖੀ ਬੀਟ ਗਿਆ ਹਵਾਈ। ਫਿਰ ਕੀ ਹੋਇਆ, ਲੱਖ ਆਕਾਸ਼ ਪਤਾਲ ਲੱਖ, ਅੱਖ ਫਰਕ ਵਿੱਚ ਸਭ ਦਿਖਲਾਈ। ਤਾਂ ਉਸ ਵਾਹਿਗੁਰੂ ਦੀ ਹਰ ਥਾਂ 'ਤੇ ਗਮਤਾ ਹੈ, ਤਾਂ ਐਸਾ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹਨੂੰ ਨਮਸਕਾਰ ਹੈ। ਅਤੇ ਗਾਉਂ ਦਾ ਅਰਥ ਗੁਰਮੁਖੀ ਦੇ ਵਿੱਚ ਪੰਜਾਬੀ ਦੇ ਵਿੱਚ ਕੀ ਹੁੰਦਾ ਹੈ? ਗਾਉਂ ਦਾ ਅਰਥ ਹੁੰਦਾ ਹੈ ਕਿ ਕੋਈ ਮਤਲਬ ਰੱਖਣਾ, ਕੋਈ ਲਾਲਚ ਰੱਖਣਾ, ਕੋਈ ਤਮਾ ਰੱਖਣਾ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਹਰ ਥਾਂ 'ਤੇ ਹੀ ਪਰਿਪੂਰਨ ਹੋ, ਹਰ ਵਸਤੂ ਦੇ ਵਿੱਚ, ਹਰ ਦੇਸ਼ ਵਿੱਚ, ਹਰ ਕਾਲ 'ਚ ਸਭ ਕੁਝ ਤਾਂ ਆਪਦਾ ਹੀ ਹੈ। ਇਸ ਕਰਕੇ ਆਪ ਜੀ ਨੂੰ ਗੌ ਨਾ ਕਿਸੇ ਪ੍ਰਕਾਰ ਦੀ ਗੌ ਗਰਜ ਨਹੀਂ ਹੈ, ਤਮਾ ਨਹੀਂ ਹੈ, ਲੋਭ ਨਹੀਂ ਹੈ, ਲਾਲਚ ਨਹੀਂ ਹੈ, ਕਿਉਂਕਿ ਸਭ ਕੁਝ ਹੀ ਆਪਦਾ ਹੈ। ਆਪਾਂ ਪੜ੍ਹਦੇ ਵੀ ਹਾਂ ਵੀ ਫਲ ਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ, ਜਿਹਦੇ ਅੰਦਰ ਤਿਲ ਮਾਤਰ ਤਮਾ ਨਹੀਂ, ਲੋਭ ਨਹੀਂ, ਲਾਲਚ ਨਹੀਂ। ਜਾਂ ਫਿਰ ਨਮੋ ਸਰਬ ਗਾਉਣੇ, ਹੇ ਵਾਹਿਗੁਰੂ ਪਰਮੇਸ਼ਰ ਜੀ, ਆਪ ਜੀ ਨੂੰ ਸਾਰੇ ਹੀ ਗਾਉਂਦੇ ਹਨ, ਸਾਰੇ ਹੀ ਆਪ ਜੀ ਦਾ ਨਾਮ ਜਪਦੇ ਨੇ। ਗਾਵੈ ਹੈ ਤੁਹਨੋਂ ਪੌਣ ਪਾਣੀ ਪੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ। ਤਾਂ ਸਾਰੇ ਹੀ ਆਪ ਜੀ ਦਾ ਜਸ ਗਾਉਂਦੇ ਹਨ, ਵਡਿਆਈ ਕਰਦੇ ਹਨ ਐਸੇ ਵਾਹਿਗੁਰੂ ਜੀ ਨੂੰ, ਜਿਹਨੂੰ ਸਰਬ ਗਾਉਣੇ ਸਾਰੇ ਹੀ ਗਾਉਂਦੇ ਨੇ, ਉਹਨੂੰ ਨਮਸਕਾਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਉਂਦੇ ਹਨ, ਨਮੋ ਸਰਬ ਭਾਉਨੇ। ਹੇ ਅਕਾਲ ਪੁਰਖ ਜੀ, ਤੂੰ ਸਾਰੇ ਹੀ ਭਾਉਨੇ ਭੁਵਨਾਂ ਵਿੱਚ, ਭੁਵਨ ਮੈਨੇ ਲੋਕਾਂ ਦੇ ਵਿੱਚ ਵਿਖੇ ਵਿਆਪਕ ਹੈ, ਹਰ ਜਗ੍ਹਾ 'ਤੇ ਆਪ ਹੀ ਬੈਠੇ ਹੋਏ।
ऐसे वाहिगुरु परमेश्वर जी नू नमस्कार है, जां फिर नमो सर्ब भौने। ये वाहिगुरु सच्चे पातशाह जी आप जी ही सारे भवनों का आसरा रूप हो, आप जी नू नमस्कार है। आप जी भुवन लोक रूप हो, पुण धरती पुण पाड़ी आसन चार कुंट चौबारा, सगल भवन की मूर्त एका मुख तेरे टकसाला। ऐसा स्वरूप है आप जी का, आप जी नू नमस्कार है। नमो सर्व रंगे, हे सच्चे पातशाह जी ये जिन्ने भी रंग रूप हैं ये आप जी दे ही हैं सारे, आप जी नू नमस्कार है। जा रंग कहिंदे आनंद नू, जो भी संसार दे विच आनंद है, ब्रह्मानंद योगानंद भजनानंद, ते जिन्नू संत महात्मा बहुत माड़ा मानते हैं, कनिष्ठ कह लो सब तो, वो कि विषयानंद, ये भी सच्चे पातशाह तेरी ही इहदे विच अंश है। क्योंकि जदों कोई वस्तु की प्राप्ति होंदी है, मन टिक जाता कुछ वास्ते, सुरती बिरती एकागर संतोख दे विच आउंदी है, तां टिका दे विच आनंद महसूस होंदा, आनंद प्राप्त होंदा है। इस करके सारे रंग ही सच्चे पातशाह तेरे हन। नमो सर्ब भंगे, भंगणा कहिंदे है नाश करन। हे वाहिगुरु सच्चे पातशाह जी, अकाल पुरख जी, आप जी जिन्ना भी परपंच बनिया होया है, इनू भंग नाश करन वाले हो, आप जी नू नमस्कार है। नमो काल काले, काल कहिंदे ने मौत नू, मृत्यु नू, काल कहिंदे ने समय नू, काल कहिंदे ने यमराज नू, काल कहिंदे ने जदों रोटी ना लभे किसे नू, दुर्भिख नू। तां काल शब्द दे कई अर्थ मन्ने ने, ते जे कोशां दे मुताबक इहदे अर्थ कीते जाण तां होर भी 17-18 अर्थ बन जांदे हन। तां नवो काल काले, जिहड़ा काल है, मृत्यु है, मौत है, उन्हों भी काल खत्म कर देने वाला वो कौन है? महाकाल वाहिगुरु परमेश्वर। उन्हों नमो नमस्कार है सच्चे पातशाह फरमाते हैं। जां काल कहिंदे समय नूं, हे सच्चे पातशाह जी, तुसी तिन्ना ही कालां विच, तिन्ना ही समयां विच अकाल स्वरूप हो, आप जी नूं मेरी नमस्कार है। क्यों महाराज जी लिखते हैं, काल ही पाए सुर 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 गंधर्व जश उपझंग दिशा विदसा है, और सो काल सभे बस काल के, एक ही काल अकाल सदा है। ऐसे वाहिगुरु सच्चे पातशाह जी नू महाराज जी कहिंदे नमस्कार है। नमस्तस्त दयाले, हे सच्चे पातशाह आप दयाले, दया का घर हो, दया का स्वरूप हो, दया करके आप जी की प्राप्ति छेती होती है। जां आप जी दे स्वरूप दे विच ही दया है, दया ते प्रसन्न होंदे हो, तां दया दे घर हो, दया करन वाले हो, तरस करन वाले हो। राम अय्या हम बारक तेरा, काहे न खंड सब गुण मेरा। तां ऐसा दया दा स्वरूप है, इस करके नमस्तस्त नमस ता अस्त, तां आप जी नूं नमस नमस्कार अस्त है, क्योंकि आप जी दया दे स्वरूप हो, तरस करन वाले हो। नमस्तं अबरने, आप जी बरना तो बाहर हो, बरन जिहड़े देह अध्यास ते मन्ने जांदे, शरीर दे मन्ने जांदे ने बरन आश्रम, इन्हां विच नहीं आउण वाले, इन्हां तो रहत हो। इस करके आप जी नूं नमस्तं महाराज सच्चे पातशाह कहिंदे ने नमस्कार है। हे सच्चे पातशाह आप जी नह बरन बरन नह कुलह कुल, नानक प्रभ कृपाल तू। आप जी वरना आश्रमां दे रहत दे विच नहीं आउंदे, आप जी नूं नमस्कार है। नमस्तं अमरने, हे सच्चे पातशाह गरीब नवाज, जिवें संसारी जीवां दा जन्म हुंदा है, उन्हां दी मौत भी हुंदी है, मरना भी है। सभना मरना आया विछोड़ा सभना, पुछो जाए सियाणा आगे मिलन किना। सब कोई आई वारी है, बारे बूढ़े तरने भैया, सब हू जम लै जई है रे, मानस बपुरा मूसा कीनो, मीच बलैया खई है रे।
ਜਾਂ ਫਿਰ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਫਰਮਾਉਂਦੇ ਨੇ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਤਾਂ ਮੌਤ ਰੂਪੀ ਜਿਹੜਾ ਧਰਮ ਮੰਨਿਆ ਗਿਆ ਸਰੀਰ ਦਾ ਇਹ ਆਪ ਜੀ ਉੱਤੇ ਲਾਗੂ ਨਹੀਂ ਹੁੰਦਾ ਹੈ। ਸਰੀਰ ਦੇ ਜਿੰਨੇ ਧਰਮ ਨੇ ਉਹ ਆਪ ਜੀ 'ਤੇ ਲਾਗੂ ਨਹੀਂ ਹੁੰਦੇ ਨਿਰਗੁਣ ਸਰੂਪ ਦੇ ਵਿੱਚ। ਇਸ ਕਰਕੇ ਆਪ ਜੀ ਮਰਨ ਤੋਂ ਮੌਤ ਰੂਪੀ ਧਰਮ ਆਦਿਕ ਜਿੰਨੇ ਮੰਨੇ ਨੇ ਇਹਨਾਂ ਤੋਂ ਰਹਿਤ ਹੋ। ਆਪ ਜੀ ਨੂੰ ਨਮਸਕਾਰ ਹੈ। ਨਮਸਤੰ ਜਰਾਰੰ ਚੇਤਾ ਆ ਗਿਆ ਨਮਸਤੰ ਅਮਰਨੇ। ਕਈ ਸਿਆਣੇ ਸੱਜਣ ਕਹਿੰਦੇ ਆ ਵੀ ਇੱਕ ਸਵਾਲ ਦਾ ਜਵਾਬ ਦਾ ਉਹ ਵੀ ਮੌਤ ਜਿਹੜੀ ਹੁੰਦੀ ਹੈ ਉਹ ਰੱਬ ਦੀ ਮਰਜ਼ੀ ਨਾਲ ਹੁੰਦੀ ਕਿ ਬੰਦੇ ਦੀ ਗਲਤੀ ਨਾਲ ਹੁੰਦੀ ਹੈ। ਇਹ ਬੜਾ ਸਵਾਲ ਅੱਜ ਕੱਲ੍ਹ ਕਈ ਸੱਜਣ ਪੁੱਛਦੇ ਨੇ ਅਤੇ ਉਹ ਦਲੀਲ ਬੜੀ ਸੋਹਣੀ ਦਿੰਦੇ ਆ। ਉਹਨਾਂ ਦੀ ਦਲੀਲ ਦੇ ਵਿੱਚ ਬਲ ਵੀ ਹੁੰਦਾ ਹੈ ਵੀ ਜਿਹੜੀ ਮੌਤ ਹੁੰਦੀ ਹੈ ਇਹ ਬੰਦੇ ਦੀ ਗਲਤੀ ਕਰਕੇ ਹੁੰਦੀ ਕਿ ਰੱਬ ਦੀ ਮਰਜ਼ੀ ਨਾਲ ਹੁੰਦੀ। ਉਹ ਦਲੀਲ ਦੇਣਗੇ ਜੀ ਸਾਹਮਣੇ ਜਿੱਦਾਂ ਬਿਜਲੀ ਦੀਆਂ ਤਾਰਾਂ ਸੀ ਨੰਗੀਆਂ ਅਤੇ ਮੈਂ ਜਾ ਕੇ ਹੱਥ ਪਾ ਲਾਂ ਤਾਂ ਫਿਰ ਜਿਹੜੀ ਮੌਤ ਹੋਈ ਉਹ ਮੇਰੀ ਗਲਤੀ ਨਾਲ ਹੋਈ ਕਿ ਰੱਬ ਦੀ ਮਰਜ਼ੀ ਨਾਲ ਹੋਈ। ਤਾਂ ਇਹ ਤਾਂ ਦਲੀਲ ਵੀ ਚੰਗੀ ਵਜ਼ਨਦਾਰ ਦਿੰਦੇ ਆ। ਤਾਂ ਇੱਦਾਂ ਦਲੀਲ ਤੋਂ ਤਾਂ ਲੱਗਦਾ ਵੀ ਬੰਦੇ ਦੀ ਗਲਤੀ ਨਾਲ ਹੀ ਹੋਈ ਹੈ ਪਰ ਗੁਰਬਾਣੀ ਕੀ ਕਹਿੰਦੀ ਹੈ ਜੇ ਇੱਥੇ ਕੋਈ ਸਵਾਲ ਕੀਤਾ ਜਾਵੇ ਮੁੜਵਾਂ ਵੀ ਤੇਰੀ ਮੱਤ ਕਿੰਨੇ ਮਾਰੀ ਸੀ ਵੀ ਜਾ ਕੇ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਾ ਉਹ ਕੌਣ ਆ ਫਿਰ ਸੁੱਖੀ ਸਾਂਦੀ ਤਾਂ ਕਿਸੇ ਦਾ ਜੀ ਨਹੀਂ ਕਰਦਾ ਵੀ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਾਵਾਂ। ਵੀ ਦਲੀਲ ਤਾਂ ਤੁਹਾਡੀ ਠੀਕ ਹੈ ਵੀ ਇੱਦਾਂ ਲੱਗਦਾ ਵੀ ਬੰਦੇ ਦੀ ਗਲਤੀ ਨਾਲ ਹੋਈ ਆ ਰੱਬ ਦੀ ਮਰਜ਼ੀ ਨਾਲ ਨਹੀਂ। ਮੰਨ ਲਓ ਜ਼ਹਿਰ ਪਿਆ ਵਾ ਅਤੇ ਸੁੱਖੀ ਸ਼ਾਂਤੀ ਜਿਹਦਾ ਦਿਮਾਗ ਚੰਗਾ ਹੋਵੇ ਸਿਆਣਾ ਹੋਵੇ ਸ਼ਾਂਤ ਹੋਵੇ ਕਿਹਦਾ ਜੀ ਕਰਦਾ ਵੀ ਜ਼ਹਿਰ ਪੀ ਲੈ ਜਾ ਕੇ। ਤਾਂ ਉਹ ਕਿਹੜੀ ਸ਼ਕਤੀ ਆ ਜਿਹੜੀ ਇਸ ਸਮੇਂ ਮਤ ਨੂੰ ਖਤਮ ਕਰ ਦਿੰਦੀ ਅਤੇ ਕਹਿੰਦੀ ਪੀ ਜ਼ਹਿਰ। ਸੁੱਖੀ ਸ਼ਾਂਤੀ ਕਿਹਦਾ ਜੀ ਕਰਦਾ ਵੀ ਰੇਲ ਦੀ ਪਟੜੀ ਦੇ ਅੱਗੇ ਜਾ ਕੇ ਲੰਮਾ ਪਵੇ। ਉਹ ਕਿਹੜੇ ਕਰਮਾਂ ਦਾ ਫਲ ਆ ਉਹ ਕਿਹੜੀ ਤਾਕਤ ਆ ਜਿਹੜੀ ਕਹਿੰਦੀ ਆ ਵੀ ਪੈ ਹੁਣ ਪਟੜੀ 'ਤੇ ਲੰਮਾ ਤੇਰਾ ਸਮਾਂ ਆ ਗਿਆ। ਤਾਂ ਜੇ ਬਹੁਤੀ ਡੂੰਘੀ ਵਿਚਾਰ ਕੀਤੀ ਜਾਵੇ ਤਾਂ ਇਹ ਗੱਲ ਸੱਚੇ ਪਾਤਸ਼ਾਹ ਦੀ ਹੀ ਮੰਨਣੀ ਪਵੇਗੀ ਕਿ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵ ਹੋਵਣਾ। ਹਣ ਘਾਲੇ ਸਭ ਦਿਵਸ ਸਾਸ ਨੈ ਬਟਨ ਘਟਨ ਤਿਲ ਸਾਰ ਜੀਵਨ ਲੋ ਰਹਿ ਭਰਮੋ ਨਾਨਕ ਤੇ ਉਹ ਗਵਾਰ। ਤਾਂ ਇਸ ਤਰ੍ਹਾਂ ਮੌਤ ਰੂਪੀ ਧਰਮ ਜਿਹੜਾ ਹੈ ਸਾਰੇ ਸਰੀਰਾਂ 'ਤੇ ਲਾਗੂ ਹੁੰਦਾ ਹੈ। ਸਿਰਫ ਇੱਕ ਵਾਹਿਗੁਰੂ ਪਰਮੇਸ਼ਰ ਜੀ ਨੂੰ ਛੱਡ ਕੇ ਐਸੇ ਵਾਹਿਗੁਰੂ ਨੂੰ ਮਹਾਰਾਜ ਜੀ ਕਹਿੰਦੇ ਨਮਸਕਾਰ ਹੈ। ਨਮਸਤੰ ਜਰਾਰੰ ਜਰ ਆਰੰ ਜਰ ਹੈ ਬੁਢੇਪਾ ਆਦਿਕ ਸਰੀਰ ਦੇ ਧਰਮ ਆਰੰ ਕਹਿ ਦਿੰਦੇ ਵੈਰੀ ਨੂੰ। ਉਹ ਵਾਹਿਗੁਰੂ ਪਰਮੇਸ਼ਰ ਬੁਢੇਪੇ ਦਾ ਵੈਰੀ ਹੈ ਬੁਢੇਪੇ ਨੂੰ ਖਤਮ ਕਰਨ ਵਾਲਾ ਹੈ। ਉਹ ਕਮਜ਼ੋਰੀਆਂ ਜਿਹੜੀਆਂ ਹੁੰਦੀਆਂ ਨੇ ਬੁਢੇਪੇ ਆਦਿਕ ਅਵਸਥਾ ਦਾ ਜਿੰਨੀਆਂ ਵੀ ਕਮਜ਼ੋਰੀਆਂ ਉਹਦਾ ਵੈਰੀ ਹੈ ਐਸੇ ਵਾਹਿਗੁਰੂ ਨੂੰ ਮੇਰੀ ਨਮਸਕਾਰ ਹੈ। ਗੁਰਮੁਖ ਬੁੱਢੇ ਕਦੇ ਨਾਹੀ ਜਿਹਨਾਂ ਅੰਤਰ ਸੁਰਤ ਗਿਆਨ। ਧੰਨ ਬਾਬਾ ਦੀਪ ਸਿੰਘ ਜੀ ਕਿੱਡੀ ਵੱਡੀ ਕਮਾਈ ਹੋਵੇਗੀ ਉਹਨਾਂ ਦੀ ਜਿਹੜੀ ਕਹਿਣ ਕਥਨ ਤੋਂ ਬਾਹਰ ਹੈ ਵਖਿਆਨ ਤੋਂ ਬਾਹਰ ਹੈ ਜਾਂ ਫਿਰ ਭਾਸ਼ਾ ਦੇ ਵਿੱਚ ਇੱਕ ਨਿਯਮ ਵਰਤਿਆ ਜਾਂਦਾ ਵੀ ਰਾਰਾ ਅਤੇ ਲੱਲਾ ਇਹ ਵਰਗੀ ਅੱਖਰ ਹੈ। ਰਾਰੇ ਦੀ ਜਗ੍ਹਾ ਅਰਥ ਕਰਨ ਲੱਗਿਆਂ ਕਈ ਵਾਰੀ ਲੱਲੇ ਦਾ ਵੀ ਅਤਿਆਹਾਰ ਕਰ ਲੈਂਦੇ ਵਿਦਵਾਨ ਅਤੇ ਲੱਲੇ ਦਾ ਕਈ ਵਾਰੀ ਅਰਥ ਕਰਨ ਲੱਗਿਆਂ ਰਾਰੇ ਦਾ ਵੀ ਕਰ ਲੈਂਦੇ। ਇਹ ਦੋਵੇਂ ਵਰਗੀ ਅੱਖਰ ਮੰਨੇ ਗਏ ਰਾਰਾ ਅਤੇ ਲੱਲਾ ਭਾਸ਼ਾ ਦੇ ਵਿੱਚ। ਤਾਂ ਇਸ ਮੁਤਾਬਕ ਜੇ ਰਾਰੇ ਦੀ ਜਗ੍ਹਾ ਵਰਗੀ ਅੱਖ ਅਨੁਸਾਰ ਲੱਲਾ ਲਿਆਈਏ ਅਧਿਆਹਾਰ ਕਰੀਏ ਵਿੱਚ ਲਾਉਣਾ ਨਹੀਂ ਕਿਸੇ ਗੁਰਮੁਖ ਨੇ ਅਰਥ ਕਰਨ ਲੱਗਿਆਂ ਦੀਆਂ ਗੱਲਾਂ ਨੇ ਤਾਂ ਫਿਰ ਕੀ ਬਣ ਜਾਂਦਾ ਜਾਲ ਆਦਿਕ। ਹੇ ਅਕਾਲ ਪੁਰਖ ਜੀ ਆਪ ਜੀ ਜਾਲ ਆਦਿਕ ਸਾਰੇ ਤੱਤਾਂ ਦੇ ਅਰੀ ਹੋ ਭਾਵ ਇਹਨਾਂ ਨੂੰ ਸਾਰਿਆਂ ਨੂੰ ਹੀ ਲੈ ਕਰ ਦਿੰਦੇ ਹੋ ਖਤਮ ਕਰ ਦਿੰਦੇ ਹੋ ਆਪ ਦੇ ਵਿੱਚ ਆਪ ਜੀ ਦੇ ਵਿੱਚ ਇਹ ਸਵਾਰ ਸਾਰੇ ਹੀ ਸਵਾ ਜਾਂਦੇ ਹਨ ਜਾਂ ਫਿਰ ਅਰੰਗ ਵੈਰੀਆਂ ਨੂੰ ਜਰਾ ਜਲਾਵਣੇ ਵਾਲੇ ਹੋਏ।
ਤਾਂ ਜੇ ਜਿੱਤ ਨੂੰ ਵੇਖ ਕੇ ਦੁਸ਼ਮਣ ਜਰਦਾ ਰਵੇ, ਸੜਦਾ ਰਵੇ, ਬਲਦਾ ਰਵੇ, ਜਿਵੇਂ ਦਸਵੇਂ ਪਾਤਸ਼ਾਹ ਦੀ ਚੜ੍ਹਤ ਵੇਖ ਕੇ ਖੋਟੇ ਲੋਕ ਸੜਦੇ ਰਹਿੰਦੇ ਸਨ, ਤਾਂ ਆਪ ਆਪਣੇ ਵੈਰੀਆਂ ਨੂੰ ਸੜਾਉਣ ਵਾਲੇ ਹੋ, ਜਲਾਵਣੇ ਵਾਲੇ ਹੋ। ਸੰਤ ਦੋਖੀ ਜਿੰਨੇ ਨੇ, ਪਰਮੇਸ਼ੁਰ ਉਹਨਾਂ ਨੂੰ ਸਾੜਦਾ ਹੈ। ਜੇ ਮਾਰਨੇ ਪੈਣ ਮਾਰਦਾ ਵੀ ਹੈ। ਰਾਵਣ ਸੇ ਬਹਿ ਰਾਵਣ ਸੇ ਘਟ ਕਾਨੋ ਸੇ ਪਲ ਬੀਜ ਪਿਛਾਰੇ, ਵਾਰਦ ਨਾਦ ਅਕੰਪਨ ਸੇ ਜਗ ਜੰਗ ਜੁਰੇ, ਜਿਨ ਸਿਉਂ ਜਮ ਹਾਰੇ। ਜੇ ਜੇ ਹੁਤੇ ਅਗਟੇ ਬਿਗਟੇ ਸੋ ਕੱਟੇ ਕਰ ਕਾਲ ਕਿਰਪਾਨ ਕੇ ਮਾਰੇ। ਤਾਂ ਜਿੰਨੇ ਵੀ ਸੰਤਾਂ ਦੇ ਵੈਰੀ ਨੇ, ਉਹ ਵਾਹਿਗੁਰੂ ਪਰਮੇਸ਼ੁਰ ਉਹਨਾਂ ਨੂੰ ਆਪਣਾ ਵੈਰੀ ਮੰਨਦਾ, ਉਹਨਾਂ ਨੂੰ ਫਿਰ ਸਾੜਦਾ ਹੈ, ਜਲਾਉਂਦਾ ਹੈ। ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮੇਰੀ ਨਮਸਕਾਰ ਹੈ। ਨਮਸਤੰ ਕ੍ਰਿਤਾਰੰ। ਹੇ ਅਕਾਲ ਪੁਰਖ ਜੀ, ਜੋ ਕ੍ਰਿਤ ਕੀਤਾ ਹੋਇਆ ਪ੍ਰਪੰਚ ਹੈ, ਸੰਸਾਰ ਹੈ, ਇਹਨੂੰ ਤੁਸੀਂ ਇਹਦੇ ਅਰੰਗ ਵੈਰੀ ਹੋ, ਖਤਮ ਕਰਨ ਵਾਲੇ ਹੋ। ਭਾਵ ਸੰਸਾਰ ਆਪ ਹੀ ਪੈਦਾ ਕਰਦੇ ਹੋ, ਪਾਲਦੇ ਹੋ, ਅਤੇ ਫਿਰ ਇੱਕ ਦਿਨ ਉਹਨੂੰ ਖਤਮ ਕਰਦੇ ਹੋ। ਤਾਂ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ, ਜਾਂ ਫਿਰ ਨਮਸਤੰ ਕ੍ਰਿਤਾਰੰ। ਇਹ ਵਾਹਿਗੁਰੂ ਸੱਚੇ ਪਾਤਸ਼ਾਹ, ਤੁਸੀਂ ਕੁਕਰਮਾਂ ਨੂੰ ਕ੍ਰਿਤਾਰੰ ਕੱਟਣ ਵਾਲੇ ਹੋ। ਅਗੌ ਡੰਡਣ ਦੁਸ਼ਟ ਖੰਡਣ ਕਾਲ ਹੁੰਕੇ ਕਾਲ, ਦੁਸ਼ਟ ਹਰਣੰਗ ਪੁਸ਼ਟ ਕਰਣੰਗ ਸਰਬ ਕੈ ਪ੍ਰਤਪਾਲ। ਵਕਾਰਾਂ ਨੂੰ ਖਤਮ ਕਰ ਦਿੰਦੇ ਹੋ, ਇਸ ਕਰਕੇ ਆਪ ਜੀ ਨੂੰ ਹੇ ਸੱਚੇ ਪਾਤਸ਼ਾਹ ਜੀ ਨਮਸਕਾਰ ਹੈ। ਜਾਂ ਕ੍ਰਿਤਾਰੰ, ਹੇ ਅਕਾਲ ਪੁਰਖ ਜੀ, ਤੁਸੀਂ ਆਪਣੇ ਹੀ ਕ੍ਰੀ ਹੱਥਾਂ ਵਿੱਚ ਸਭਨਾ ਦੀ ਪ੍ਰੇਰਨਾ ਰੂਪ ਤਾਰ ਫੜੀ ਬੈਠੇ, ਭਾਵ ਕਿ ਰੋਟੀ ਰੋਜ਼ੀ ਦੇਣੀ ਇਹ ਜਿਹੜੀ ਤਾਰ ਹੈ ਪਰਾਰਬਧ ਰੂਪੀ, ਇਹ ਆਪ ਜੀ ਦੇ ਹੱਥਾਂ ਵਿੱਚ ਫੜੀ ਹੋਈ। ਸਭਨਾ ਦੀ ਪ੍ਰੇਰਨਾ ਵੀ ਆਪ ਹੀ ਕਰਨ ਵਾਲੇ ਪ੍ਰੇਰਕ ਹੋ, ਇਸ ਲਈ ਜੋ ਚਾਹੁੰਦੇ ਹੋ, ਜੋ ਕਰਮਾਂ ਦਾ ਫਲ ਦੇਣਾ ਚਾਹੁੰਦੇ ਹੋ, ਉਸ ਤਰ੍ਹਾਂ ਹਿਰਦੇ ਵਿੱਚ ਪ੍ਰੇਰਨਾ ਕਰਦੇ ਹੋ ਅਤੇ ਜੀਵ ਉਸ ਤਰ੍ਹਾਂ ਚੱਲਦਾ ਹੈ। ਕਾਠਕੀ ਪੁੱਤਰੀ, ਜਿਵੇਂ ਸਤਿਗੁਰੂ ਲਿਖਦੇ, ਕਹਾਂ ਕਰੇ ਬਪੁਰੀ, ਖਿਲਾਵਨ ਹਾਰੋ ਜਾਨੈ, ਜੈਸਾ ਭੇਖ ਕਰਾਵੇ ਬਾਜ਼ੀਗਰ, ਉਹ ਤੈਸੋ ਹੀ ਸਾ ਜਾਨੈ। ਜਿਹੜੇ ਸੰਤ ਸਾਧੂ ਲੋਕ ਨੇ, ਉਹਨਾਂ ਦੀ ਦ੍ਰਿਸ਼ਟੀ ਇੱਦਾਂ ਦੀ ਬਣ ਜਾਂਦੀ ਹੈ ਕਿ ਸਭ ਨੂੰ ਪ੍ਰੇਰਨਾ ਕਰਨ ਵਾਲਾ, ਸਭ ਨੂੰ ਚਲਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਹੀ ਹੈ, ਉਹਦੇ ਤੋਂ ਬਿਨਾਂ ਕੋਈ ਨਹੀਂ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਕਾਰ ਹੈ। ਇਹ ਪਾਵਨ ਪਵਿੱਤਰ ਸ੍ਰੀ ਜਾਪ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਦਾ ਕੋਈ ਯਤਨ ਕੀਤਾ ਸੀ, ਤਾਂ ਇਸ ਤੋਂ ਅੱਗੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ, ਦੋ ਪੰਕਤੀਆਂ ਰਹਿੰਦੀਆਂ ਨੇ 24 ਪੌੜੀਆਂ ਪੂਰੀਆਂ ਹੋਣ 'ਚ, ਅੱਗੇ ਮਹਾਰਾਜ ਫਰਮਾਉਂਦੇ ਹਨ। ਨਮੋ ਸਰਬ ਧੰਦੇ। ਇਹ ਸੱਚੇ ਪਾਤਸ਼ਾਹ ਆਪ ਹੀ ਸਾਰਿਆਂ ਨੂੰ ਧੰਦਿਆਂ ਵਿੱਚ ਲਾਉਣ ਵਾਲੇ ਹੋ, ਵਿਹਾਰ ਦੇ ਵਿੱਚ ਲਾਉਣ ਵਾਲੇ ਹੋ, ਕਿਰਤ ਦੇ ਉੱਤੇ ਜ਼ੋਰ ਦਿੰਦੇ ਹੋ, ਕਿਉਂਕਿ ਕਿਰਤ ਕਰਨ ਵਾਲੇ ਦਾ ਮਨ ਇਕਾਗਰ ਛੇਤੀ ਹੁੰਦਾ ਹੈ, ਉਹਦਾ ਕਿਰਤ ਕਮਾਈ ਕਰਕੇ ਮਨ ਸ਼ੁੱਧ ਹੋਇਆ ਹੁੰਦਾ। ਦਸਾਂ ਨੋਹਾਂ ਦੀ ਕਿਰਤ ਕਰਨ ਵਾਲਾ ਜਿਹੜਾ ਗੁਰਮੁਖ ਗੁਰਸਿੱਖ ਹੈ, ਤਾਂ ਇਹ ਸੱਚੇ ਪਾਤਸ਼ਾਹ ਆਪ ਹੀ ਕਿਰਤ ਵਿੱਚ ਜੋੜਨ ਵਾਲੇ ਹੋ, ਕਿਰਤ ਸਰੂਪ ਹੋ, ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਨਮੋਸਤ ਅਬੰਧੇ। ਇਹ ਸੱਚੇ ਪਾਤਸ਼ਾਹ ਜੀ, ਆਪ ਜੀ ਬੰਧਨ ਤੋਂ ਮੁਕਤ ਹੋ, ਕਿਸੇ ਪ੍ਰਕਾਰ ਵੀ ਆਪ ਜੀ ਬੰਧਨ ਦੇ ਵਿੱਚ ਨਹੀਂ ਆਉਣ ਵਾਲੇ, ਇਸ ਕਰਕੇ ਆਪ ਜੀ ਨੂੰ ਨਮਸਕਾਰ ਹੈ। ਅਤੇ ਜੇ ਸੱਤ ਸ਼ਬਦ ਨਾਲੋਂ ਵੱਖਰਾ ਕੀਤਾ ਜਾਵੇ, ਨਮਸਕਾਰ ਹੈ ਵਾਹਿਗੁਰੂ ਜੀ ਨੂੰ ਜਿਹੜਾ ਸੱਤ ਸਰੂਪ ਹੈ ਅਤੇ ਬੰਧਨਾਂ ਤੋਂ ਰਹਿਤ ਜੀ ਦਾ ਸਰੂਪ ਹੈ, ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਦਸਵੇਂ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਅੱਗੇ ਵਾਸਤੇ ਸਾਰੀ ਸੰਗਤ ਨੇ ਸਮੱਤ ਬਖਸ਼ਣੀ ਜੀ, ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ ਲੈ, ਨਾਨਕ ਪਾਰ ਉਤਾਰ। ਨਮਸਤੰ ਜਰਾਰੰ, ਨਮਸਤੰ ਕ੍ਰਿਤਾਰੰ, ਨਮੋ ਸਰਬ ਧੰਦੇ, ਨਮੋਸਤ ਅਬੰਧੇ। ਵਾਹਿਗੁਰੂ ਜੀ ਕਾ